ਸਾਂਝ ਪਾਉਣ ਦਾ ਸੁਭਾਗ ਸਮਾਂ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਆ ਹੈ। ਸੋ ਇਸ ਵੇਲੇ ਦੀ ਹਾਜ਼ਰੀ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਗਵਾਈਏ। ਪਿਆਰ ਸਾਹਿਬ ਫਤਿਹ ਦੀ ਸਾਂਝ ਪਾਓ, ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਜੀ ਪਾਵਨ ਪਵਿੱਤਰ ਲੜੀਵਾਰ ਵਿਚਾਰ ਦੇ ਵਿੱਚ ਕੱਲ ਦੇ ਰੋਜ਼ ਤੋਂ ਰਾਗ ਸਾਰੰਗ ਬਾਣੀ ਕਬੀਰ ਜੀ ਭਗਤਾਂ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਭਗਤ ਕਬੀਰ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਕੱਲ ਦੇ ਰੋਜ਼ ਵੀ ਸਰਵਣ ਕੀਤੀ ਹੈ। ਅੱਜ ਵੀ ਭਗਤ ਕਬੀਰ ਜੀ ਦਾ ਪਾਵਨ ਪਵਿੱਤਰ ਸ਼ਬਦ ਵਿਚਾਰਨ ਵਾਸਤੇ ਬਖਸ਼ਿਸ਼ ਹੋਇਆ ਹੈ। ਸੋ ਆਓ ਗੁਰੂ ਸਵਾਰਿਓ, ਅੱਜ ਦੀ ਪਾਵਨ ਪਵਿੱਤਰ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਕਰੋ ਜੀ ਇਕਾਗਰ, ਦੇਵੋ ਅਸੀਸ, ਕਹੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਾਣਾ। ਸਤਨਾਮ ਵਾਹਿਗੁਰੂ ਸਾਹਿਬ ਜੀ, ਰਾਜਾ ਸੁਰਮ ਮਿਤ ਨਹੀਂ ਜਾਣੀ ਤੇਰੀ, ਤੇਰੇ ਸੰਤਨ ਕੀ ਹਾਂ ਚੇਰੀ। ਰਾਜਾ ਸੁਰਮ ਮਿਤ ਨਹੀਂ ਜਾਣੀ ਤੇਰੀ, ਤੇਰੇ ਸੰਤਨ ਕੀ ਹਾਂ ਚੇਰੀ। ਰਹਾਉ ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹਸੈ, ਬਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ, ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ ਚੜਾਵੈ, ਚੜੇ ਆਕਾਸ ਗਿਰਾਵੈ, ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ। ਕਹੋ ਕਬੀਰ ਸਾਧੂ ਕੋ ਪ੍ਰੀਤਮਾ, ਤਿਸ ਮੂਰਤ ਬਲਿਹਾਰੀ। ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ। ਕਹੋ ਕਬੀਰ ਸਾਧੂ ਕੋ ਪ੍ਰੀਤਮਾ, ਇਸ ਮੂਰਤ ਬਲਿਹਾਰੀ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਰਜ ਪਾਵਨ ਪਵਿੱਤਰ ਬਾਣੀ ਜੋ ਭਗਤ ਕਬੀਰ ਜੀ ਦੁਆਰਾ ਉਚਾਰਨ ਕੀਤੀ ਹੋਈ ਹੈ। ਅੱਜ ਵਾਲੇ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਕਬੀਰ ਜੀ ਜੋ ਬਖਸ਼ਿਸ਼ ਕਰ ਰਹੇ ਨੇ, ਰਹਾਉ ਵਾਲੇ ਬਾਣੀ ਨੇ, ਰਾਜਾ ਸਰਨ ਮਿੱਤ ਨਹੀਂ ਜਾਂਦੇ ਤੇਰੀ, ਤੇਰੇ ਸੰਤਨ ਕੀ ਹਉ ਚੇਰੀ। ਰਾਜਾ ਸਰਮ ਤੋਂ ਭਾਵ ਹੈ ਰਾਜ ਆਸ਼ਰਮ, ਵੱਡਾ ਤੇ ਉੱਚਾ ਰਾਜ, ਭਾਵ ਵੱਡੇ ਤੇ ਉੱਚੇ ਰਾਜ ਦਾ ਮਾਲਕ, ਉਹ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ।
ਉਸ ਪਰਿਪੂਰਨ ਪਰਮਾਤਮਾ ਨੂੰ ਸੰਬੋਧਨ ਹੋ ਕੇ ਕੁਲੀਨ ਜੀ ਕਹਿ ਰਿਹਾ ਕਿ ਹੇ ਵੱਡੇ ਰਾਜ ਵਾਲੇ ਪਰਮਾਤਮਾ, ਮੈਂ ਤੇਰਾ ਅੰਤ ਨਹੀਂ ਪਾ ਸਕਦਾ। ਮੇਰੇ ਤੋਂ ਭਾਵ ਹੁੰਦਾ ਆ ਅੰਤ ਪਾਉਣਾ, ਮੈਂ ਤੇਰੀ ਮਹਿਮਾ ਨੂੰ, ਰਜਾ ਨੂੰ ਸੰਪੂਰਨ ਰੂਪ ਵਿੱਚ ਸਮਝ ਨਹੀਂ ਸਕਦਾ। ਤੇਰੇ ਸੰਤਨ ਕੀ ਹਾਂ ਚੇਰੀ ਹਾਂ, ਤੇਰੇ ਸੰਤਾਂ ਦੀ ਮੈਂ, ਮੇਰੀ ਇਹ ਨਿਮਾਣੀ ਜਿੰਦ ਚੇਲੀ ਹੈ। ਭਾਵ ਮੇਰੇ ਵਾਸਤੇ ਤੇਰੇ ਸੰਤ ਜਾਨ ਵੀ ਤੇਰੇ ਵਾਂਗੂ ਸਰਵੋਤਮ ਨੇ, ਸ਼੍ਰੋਮਣੀ ਨੇ, ਅਤੇ ਮੈਂ ਆਪਣੇ ਆਪ ਨੂੰ ਤੇਰੇ ਸੰਤਾਂ ਦਾ ਚੇਲਾ ਮੰਨਦਾ। ਕਬੀਰ ਜੀ ਬਖਸ਼ਿਸ਼ ਕਰ ਰਿਹਾ। ਅੱਗੇ ਉਹਨਾਂ ਸ਼ਬਦ ਵਿੱਚ ਕਬੀਰ ਜੀ ਬਹੁਤ ਸਾਰੀਆਂ ਉਦਾਹਰਣਾਂ ਦੇ ਰਹੇ ਨੇ। ਵੈਸੇ ਇੱਕ ਇੱਕ ਪੰਕਤੀ ਦੇ ਜੇ ਸਾਖੀ ਪ੍ਰਮਾਣ ਸਹਿਤ ਅਰਥ ਕੀਤੇ ਜਾਣ ਤਾਂ ਜਿਤਨੀਆਂ ਇਹ ਪੰਕਤੀਆਂ ਨੇ, ਦੋ ਦੋ ਪੰਕਤੀਆਂ ਦੀ ਇੱਕ ਇੱਕ ਬੰਦ ਹੈ, ਚਾਰ ਬੰਦ ਬਣਦੇ ਆ। ਸੋ ਜੇ ਤਾਂ ਕੋਈ ਵਿਦਵਾਨ ਪੁਰਖ ਕਰੇ ਤਾਂ ਇੱਕ ਦਿਨ ਵਿੱਚ ਇੱਕ ਪੰਕਤੀ ਦੇ ਅਰਥ ਹੋ ਸਕਦੇ, ਭਾਵ ਇਸ ਪਾਵਨ ਸ਼ਬਦ ਨੂੰ ਅਰਥ ਕਰਨ ਵਾਸਤੇ। ਉਹ ਵੀ ਅੱਖਰੀ ਅਰਥ, ਸੰਪੂਰਨ ਅਰਥ ਨਹੀਂ। ਇਹ ਪਾਵਨ ਪਵਿੱਤਰ ਸ਼ਬਦ ਚਾਰ ਦਿਨ ਤੱਕ ਵਿਚਾਰਿਆ ਜਾ ਸਕਦਾ, ਜਿੰਨਾ ਕੁ ਆਪਣੇ ਕੋਲ ਸਮਾਂ ਹੁੰਦਾ। ਹੋਰ ਕੋਈ ਵੱਡੇ ਵਿਦਵਾਨ ਮਹਾਂਪੁਰਸ਼ ਕਰਨ ਤਾਂ ਇੱਕ ਦੋ ਵੀ ਲੰਮੀ ਮਿਥਿਆ, ਕਿਉਂਕਿ ਐਸਿਆਂ ਦਾ ਵੀ ਜ਼ਿਕਰ ਹੈਗਾ ਜਿਨ੍ਹਾਂ ਨੇ ਇੱਕ ਇੱਕ ਪੰਕਤੀ ਦੇ ਅਰਥ ਕਈ ਕਈ ਦਿਨ ਕੀਤੇ। ਗੁਰਬਾਣੀ ਬਹੁਤ ਵਿਸ਼ਾਲ ਅਥਾਹ ਸਾਗਰ ਹੈ, ਇਸ ਵਾਸਤੇ ਕਿਉਂਕਿ ਹਰ ਇੱਕ ਪੰਕਤੀ ਦਾ ਆਪਣਾ ਇਤਿਹਾਸ ਹੈ, ਆਪਣੀ ਇੱਕ ਸਾਖੀ ਹੈ। ਜਿਤਨਾ ਵੀ ਜ਼ਿਕਰ ਕੀਤਾ ਨੇ ਇਹਦੇ ਵਿੱਚ ਕਬੀਰ ਜੀ ਨੇ, ਇੱਕ ਇੱਕ ਪੰਕਤੀ ਵਿੱਚ ਕਈ ਕਈ ਸਾਖੀਆਂ ਵੀ ਆਉਂਦੀਆਂ। ਸੋ ਆਪਾਂ ਸਮੇਂ 'ਚ ਰਹਿ ਕੇ ਵਿਚਾਰ ਕਰਨ ਦਾ ਯਤਨ ਕਰਾਂਗੇ ਕਿ ਕਬੀਰ ਜੀ ਉਸ ਪਰਮਾਤਮਾ ਨੂੰ ਸਰਵੋਤਮ ਮੰਨ ਕੇ ਅਤੇ ਉਹਦੀ ਮਹਿਮਾ ਦੇ ਕਿਹੜੇ ਕਿਹੜੇ ਗੁਣ ਵਰਣਨ ਕਰ ਰਹੇ ਆ। ਸੋ ਕਬੀਰ ਜੀ ਬਖਸ਼ਿਸ਼ ਕਰਦੇ ਨੇ, ਰਾਜਾ ਸ਼ਰਮ ਮਿਤ ਨਹੀਂ ਜਾਣੀ ਤੇਰੀ। ਇਹ ਰਾਜ ਆਸ਼ਰਮ ਭਾਵ ਵੱਡੇ ਰਾਜਾ, ਵੱਡੇ ਰਾਜ ਦੇ ਮਾਲਕ, ਮੈਂ ਮਿਤ ਨਹੀਂ ਜਾਣੀ ਤੇਰੀ, ਮੈਂ ਤੇਰਾ ਅੰਤ ਨਹੀਂ ਪਾ ਸਕਦਾ, ਮੈਂ ਤੇਰੇ ਬਾਰੇ ਕੁਛ ਬਿਆਨ ਨਹੀਂ ਕਰ ਸਕਦਾ। ਰਾਜਾ ਸ਼ਰਮ ਮਿਤ ਨਹੀਂ ਜਾਣੀ ਤੇਰੀ, ਤੇਰੇ ਸੰਤਨ ਕੀ ਹਉ ਚੇਰੀ, ਰਹਾਉ ਮੇਰੀ ਇਹ ਜਿੰਦ, ਮੇਰੀ ਇਹ ਆਤਮਾ, ਮੇਰੀ ਇਹ ਕਾਇਆ, ਜਾਂ ਮੈਂ ਜੀਵ ਇਸਤਰੀ ਤੇਰੇ ਸੰਤ ਜਨਾਂ ਦੀ ਚੇਰੀ ਭਾਵ ਚੇਰੀ ਹਾਂ, ਕਿਉਂਕਿ ਮੇਰੀਆਂ ਨਜ਼ਰਾਂ ਦੇ ਵਿੱਚ ਤੇਰੇ ਸੰਤ ਜਨ, ਤੇਰੇ ਭਗਤ ਜਨ, ਤੇਰੇ ਪਿਆਰੇ ਵੀ ਤੇਰੇ ਵਾਂਗ ਸਰਵੋਤਮ ਨੇ, ਸਭ ਤੋਂ ਉੱਚੇ ਹੋਏ, ਉਹਨਾਂ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ, ਇਸ ਕਰਕੇ ਮੈਂ ਆਪਣੇ ਆਪ ਨੂੰ ਉਹਨਾਂ ਦਾ ਦਾਸ ਮੰਨਦਾ। ਰਹਾਉ ਦਾ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਨੇ, ਹਸ ਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ। ਹੇ ਮੇਰੇ ਮਾਲਕ, ਤੇਰੀ ਮਹਿਮਾ ਐਸੀ ਹੈ ਕਿ ਕੋਈ ਮਨੁੱਖ ਕਿਤੇ ਹੱਸਦਾ ਹੋਇਆ ਜਾਂਦਾ ਤਾਂ ਉਹਦੇ ਨਾਲ ਕੁਝ ਐਸਾ ਵਾਪਰ ਜਾਂਦਾ ਹੈ, ਕੋਈ ਰੋਂਦਾ ਹੋਇਆ ਵਾਪਸ ਆਉਂਦਾ, ਤੇ ਕੋਈ ਕਿਤੇ ਰੋਂਦਾ ਹੋਇਆ ਜਾਂਦਾ ਤਾਂ ਹੱਸਦਾ ਹੋਇਆ ਵਾਪਸ ਆਉਂਦਾ। ਭਾਵ ਕਿਸੇ ਵੇਲੇ ਕਿਸੇ ਨੂੰ ਇਹ ਮਹਿਸੂਸ ਹੁੰਦਾ ਆ ਕਿ ਮੈਨੂੰ ਕੋਈ ਦੁੱਖ ਨਹੀਂ, ਮੇਰੇ ਜੀਵਨ 'ਚ ਕੋਈ ਰੋਣਾ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਜੀਵਨ ਸਾਰਾ ਹੀ ਦੁੱਖਾਂ ਦੇ ਨਾਲ ਅਤੇ ਰੋਣਿਆਂ ਦੇ ਨਾਲ ਭਰ ਜਾਂਦਾ।
ਭਾਵ ਜੀਵਨ ਹੱਸਦਾ ਜਾ ਰਿਹਾ ਸੀ ਤੇ ਹੁਣ ਜੀਵਨ ਜਿਹੜਾ ਆਉਣ ਵਾਲਾ ਹੈ ਰੋਂਦਾ ਹੋਇਆ ਆਉਂਦਾ। ਤਾਂ ਇਸੇ ਤਰ੍ਹਾਂ ਜਿਹੜੇ ਰੋਂਦੇ ਹੋਏ ਜੀਵਨ ਬਤੀਤ ਕਰ ਰਹੇ ਹੁੰਦੇ ਆ, ਜਿਹਨਾਂ ਨੂੰ ਇੰਝ ਲੱਗਦਾ ਹੈ ਕਿ ਸਾਡੇ ਜੀਵਨ ਵਿੱਚ ਨਾ ਤਾਂ ਕੋਈ ਸੁੱਖ ਹੈ, ਨਾ ਕੋਈ ਆਰਾਮ ਹੈ, ਨਾ ਹੀ ਕੋਈ ਖੁਸ਼ੀ ਹੈ, ਸਿਰਫ ਦੁੱਖ ਹੀ ਦੁੱਖ, ਬੇਆਰਾਮੀ ਤੇ ਰੋਣੇ ਹੀ ਰੋਣੇ, ਗਮੀਆਂ ਹੀ ਗਮੀਆਂ ਨੇ। ਸਾਡੇ ਜੀਵਨ ਵਿੱਚ ਸ਼ਾਇਦ ਪਰਮਾਤਮਾ ਨੇ ਕੋਈ ਸੁੱਖ, ਕੋਈ ਖੁਸ਼ੀ, ਕੋਈ ਆਰਾਮ ਲਿਖਿਆ ਹੀ ਨਹੀਂ। ਤਾਂ ਉਹਦਾ ਸਮਾਂ ਪਰਮਾਤਮਾ ਇਹੋ ਜਿਹਾ ਬਣਾ ਦਿੰਦਾ ਹੈ ਕਿ ਬਹੁਤ ਸੁਖਮਈ, ਸਕੂਨ ਭਰਪੂਰ, ਖੁਸ਼ੀਆਂ ਤੇ ਖੇੜਿਆਂ ਵਾਲਾ। ਇਹ ਤੇਰੀ ਰਚਨਾ, ਰਚੀ ਹੋਈ ਰਚਨਾ ਦਾ ਬਹੁਤ ਵੱਡਾ ਪੱਖ ਹੈ ਕਿ ਇੱਥੇ ਕੋਈ ਵੀ ਕਿਸੇ ਦੇ ਹਾਲਾਤ ਤੋਂ ਵੇਖ ਕੇ ਉਹਦੇ ਆਉਣ ਵਾਲੇ ਸਮੇਂ ਦਾ ਅੰਦਾਜ਼ਾ ਨਹੀਂ ਲਾ ਸਕਦਾ। ਕੋਈ ਇਹ ਨਹੀਂ ਕਹਿ ਸਕਦਾ ਕਿ ਅੱਜ ਇਹਦੇ ਇਹ ਹਾਲਾਤ ਨੇ ਤੇ ਇਹ ਇੱਦਾਂ ਇਹਦਾ ਵੇਖ, ਭਾਵੇਂ ਮਾੜੇ ਨੇ ਕਿਸੇ ਦੇ ਤੇ ਭਾਵੇਂ ਚੰਗੇ ਨੇ, ਨਾ ਚੰਗੇ ਵੱਲ ਵੇਖ ਕੇ ਅੰਦਾਜ਼ਾ ਆਉਣ ਵਾਲੇ ਸਮੇਂ ਦਾ ਲੱਗ ਸਕਦਾ ਤੇ ਨਾ ਮਾੜੇ ਵੱਲ ਵੇਖ ਕੇ ਲੱਗ ਸਕਦਾ। ਅਕਸਰ ਹੀ ਕਈ ਵਾਰ ਕਈ ਗੁਰਮੁਖ ਪਿਆਰੇ ਵਚਨ ਕਰਦੇ ਹੁੰਦੇ ਆ ਕਿ ਉਹਨਾਂ ਦੇ ਹਾਲਾਤ ਨੂੰ ਵੇਖ ਕੇ ਕਿਸੇ ਨੇ ਕੋਈ ਵਚਨ ਕੀਤਾ ਕਿ ਇਹਦੀ ਤੇ ਕਿੱਦਾਂ ਹੀ ਲੰਘਣੀ, ਉਹ ਫਿਰ ਐਸੀ ਚੋਟ ਵੱਜਦੀ ਹੈ ਕਿ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋ ਜਾਂਦੀ ਹੈ, ਗੋਦੜੀ ਹੋ ਜਾਂਦੀ ਹੈ ਤੇ ਹਾਲਾਤ ਬਦਲ ਜਾਂਦੇ ਆ। ਫਿਰ ਕਹਿਣ ਵਾਲੇ ਦੇ ਹਾਲਾਤ ਉਹ ਹੋ ਜਾਂਦੇ ਆ ਜਿਹਨਾਂ ਵੱਲ ਵੇਖ ਕੇ ਕਿਸੇ ਵੀ ਉਸਨੇ ਕੋਈ ਆਪਣੇ ਮੁੱਖ ਦੇ ਵਿੱਚੋਂ ਐਸੀ ਕੋਈ ਗੱਲ ਕਹੀ ਹੁੰਦੀ। ਇਸੇ ਵਾਸਤੇ ਸਾਧੂ ਸਾਨੂੰ ਵਰਜਦੇ ਆ ਕਿ ਕਿਸੇ ਦੇ ਹਾਲਾਤਾਂ ਉੱਤੇ ਕਦੇ ਵੀ ਕੋਈ ਐਸੀ ਬਿਆਨਬਾਜ਼ੀ ਨਾ ਕਰੋ ਕਿ ਜਿਹੜੇ ਉਹਦੇ ਹਾਲਾਤ ਨੇ ਉਹ ਤੁਹਾਡੇ ਬਣ ਜਾਣ। ਜੇ ਤਾਂ ਜੀਵਨ ਵਿੱਚ ਸੁਖੀ ਵਸਣਾ ਚਾਹੁੰਦੇ ਹੋ ਤਾਂ ਆਤਮਕ ਸੁੱਖ ਦੀ ਦਾਤ ਮੰਗੋ, ਵਰਨਾ ਇਹ ਤਾਂ ਸਿਲਸਿਲਾ ਇੱਦਾਂ ਚੱਲਦਾ ਆਉਂਦਾ। ਕਬੀਰ ਜੀ ਕਹਿੰਦੇ ਆ ਜਿਹੜਾ ਹੱਸਦਾ ਜਾਂਦਾ ਆ ਉਹ ਰੋਂਦਾ ਆਉਂਦਾ ਆ, ਜਿਹੜਾ ਰੋਂਦਾ ਜਾਂਦਾ ਉਹ ਹੱਸਦਾ ਆਉਂਦਾ। ਇਹੋ ਤੇ ਉਹਦੀ ਲੀਲਾ ਆ ਜਿਹੜੀ ਅਪਰਮ ਅਪਾਰ ਹੈ। ਮੈਨੂੰ ਕੋਈ ਅਜੇ ਤੱਕ ਸਮਝ ਨਹੀਂ ਸਕਿਆ ਕਿ ਕਿਹਦੀ ਝੋਲੀ ਵਿੱਚ ਕਿਹੜੇ ਵੇਲੇ ਪਰਮਾਤਮਾ ਨੇ ਕੀ ਪਾ ਦਿੱਤਾ। ਸੋ ਕਬੀਰ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਤੇਰੀ ਰਚਨਾ ਦਾ ਇਹ ਪੱਖ ਜਿਹੜਾ ਮੈਂ ਵੇਖਿਆ, ਮੈਂ ਸਮਝ ਨਹੀਂ ਪਾਇਆ ਇਹਨੂੰ ਕਿ ਇਹ ਤੂੰ ਕਿਵੇਂ ਕਰਦਾ ਹੈ। ਬਹੁਤ ਦੁਖੀ ਨੂੰ ਬੜਾ ਸੁਖੀ ਕਰ ਦੇਣਾ ਤੇ ਬੜੇ ਸੁਖੀ ਨੂੰ ਬੜਾ ਦੁਖੀ ਕਰ ਦੇਣਾ, ਇਹੀ ਤੇਰੀ ਖੇਡ ਹੈ, ਇਹੀ ਤੇਰੇ ਚੋਜ ਨੇ, ਇਹੀ ਤੇਰੀ ਕੌਤਕ। ਹਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹਸੈ, ਬਸ ਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਚੰਗੇ ਭਲੇ ਵਸਦੇ ਰਸਦੇ ਹੱਸਦੇ ਇਲਾਕੇ ਪਿੰਡ ਸ਼ਹਿਰ, ਤੂੰ ਉਜਾੜ ਕੇ ਰੱਖ ਦਿੰਦਾ, ਥੇ ਬਣਾ ਦਿੰਦਾ ਤੇ ਬਹੁਤ ਵੱਡੇ ਵੱਡੇ ਥੇ ਪਹਾੜ, ਉਹਨਾਂ ਨੂੰ ਤੂੰ ਭੁੱਖ ਵਸਦੇ ਹੋਏ ਨਗਰ ਬਣਾ ਦਿੰਦਾ। ਇਹ ਵੀ ਤੇਰਾ ਬਹੁਤ ਇੱਕ ਨਾ ਸਮਝਿਆ ਜਾਣ ਵਾਲਾ ਪੱਖ ਹੈ, ਆਪਣੇ ਨੇੜੇ ਹੀ ਆ, ਜਿਹਨੂੰ ਹੁਣ ਪੁੱਲ ਖਾਲਸਾ ਕਹਿੰਦੇ ਆ, ਪੁੱਲ ਕੰਜਰੀ। ਇੱਥੇ ਦੱਸਦੇ ਆ ਕਿ ਕਿਸੇ ਵੇਲੇ ਬਹੁਤ ਵੱਡਾ ਸ਼ਹਿਰ ਵੱਸਦਾ ਹੁੰਦਾ ਸੀ, ਆਮ ਬਾਜ਼ਾਰ ਤੋਂ ਲੈ ਕੇ ਹੀਰਿਆਂ ਦੇ ਬਾਜ਼ਾਰ ਤੱਕ ਇੱਥੇ ਵੱਸਦੇ ਸ਼ਹਿਰ ਦੇ ਵਿੱਚ ਹੋਇਆ ਕਰਦੇ ਸੀ।
ਅੱਜ ਵੀ ਜਦੋਂ ਕਿਤੇ ਉਸ ਕਿਸੇ ਕੋਈ ਥੇ ਦਾ ਕੋਈ ਪਾਸਾ ਪੁੱਟਦਾ ਤਾਂ ਕੁਛ ਨਾ ਕੁਛ ਹੈ ਐਸਾ ਨਿਕਲਦਾ ਆ ਜਿਸ ਤੋਂ ਇਹ ਪਤਾ ਲੱਗਦਾ ਕਿ ਇੱਥੇ ਦੁਨੀਆਂ ਵੱਸਦੀ ਹੁੰਦੀ ਸੀ ਪਰ ਅੱਜ ਉੱਥੇ ਨਵੀਂ ਹੋਈ ਵਸੋਂ ਦਾ ਕੁਝ ਹਿੱਸਾ ਜਾਂ ਘਟੇ ਹੋਏ ਸ਼ਹਿਰ ਦਾ ਕੁਝ ਨਕਸ਼ਾ ਉਹ ਤਾਂ ਨਜ਼ਰ ਆਉਂਦਾ ਪਰ ਸ਼ਹਿਰ ਨਹੀਂ ਹੈ ਬਹੁਤ ਸਾਰੇ ਐਸੇ ਇਲਾਕੇ ਨੇ ਜਿੱਥੇ ਕੁਛ ਵੀ ਨਹੀਂ ਸੀ ਹੁੰਦਾ ਅੱਜ ਕੰਕਰੀਟ ਦੇ ਜੰਗਲ ਭਾਵ ਵੱਡੇ ਵੱਡੇ ਸ਼ਹਿਰ ਬਣ ਗਏ ਆਪਣੇ ਨਗਰ ਪੁਰਾਣੇ ਬਜ਼ੁਰਗ ਦੱਸਿਆ ਕਰਦੇ ਸਨ ਕਿ ਜਿੱਥੇ ਉਹ ਬਹਿਣ ਵਾਲਾ ਇੱਥੇ ਹੁੰਦਾ ਸੀ ਬਿਲਕੁਲ ਪਿਓ ਉੱਥੇ ਵੱਜਦਾ ਸੀ ਹੋਰ ਵੀ ਨਗਰ ਐਸੇ ਹੈ ਇੱਦਾਂ ਦੇ ਅੱਜ ਉੱਥੇ ਕੋਈ ਪਿੰਡ ਦਾ ਨਾਮੋ ਨਿਸ਼ਾਨ ਨਹੀਂ ਤੇ ਇੱਥੇ ਘੁੱਗ ਵੱਸਦਾ ਪਿੰਡ ਹੈ ਸਾਖੀਆਂ ਵੀ ਇਸ ਪ੍ਰਥਾ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਕਈ ਨੇ ਇੱਕ ਉਹ ਲੋਕ ਸਨ ਜਿਹਨਾਂ ਲੋਕਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਸੇਵਾ ਨਾ ਕੀਤੀ ਤਾਂ ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਵੱਸਦੇ ਰਹੋ ਤੇ ਜਿਹਨਾਂ ਨੇ ਬਹੁਤ ਸੇਵਾ ਕੀਤੀ ਸੀ ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਕਿਹਾ ਕਿ ਉੱਜੜ ਜਾਓ ਤਾਂ ਸਿੱਖਾਂ ਨੇ ਪੁੱਛਿਆ ਕਿ ਮਾਲਕ ਇੱਕ ਉਹ ਲੋਕ ਨੇ ਜਿਹਨਾਂ ਨੇ ਤੁਹਾਨੂੰ ਬਿਲਕੁਲ ਹੀ ਸੇਵਾ ਨਹੀਂ ਕੀਤੀ ਉਹਨਾਂ ਨੂੰ ਤੁਸੀਂ ਕਿਹਾ ਵੱਸਦੇ ਰਹੋ ਤੇ ਇੱਕਨਾਂ ਨੇ ਬੜੀ ਸੇਵਾ ਕੀਤੀ ਉਹਨਾਂ ਨੂੰ ਤੁਸੀਂ ਆਖਿਆ ਕਿ ਉੱਜੜ ਜਾਓ ਇਹਦੇ ਵਿੱਚ ਕੀ ਰਮਜ ਹੈ ਉਸ ਵੇਲੇ ਪਾਤਸ਼ਾਹ ਜੀ ਨੇ ਆਖਿਆ ਕਿ ਇਹ ਲੋਕ ਜਿਹੜੇ ਬਿਲਕੁਲ ਨਾ ਸ਼ੁਕਰੇ ਨੇ ਜੇ ਇਹ ਉੱਜੜੇ ਜਿੱਥੇ ਵੀ ਜਾ ਕੇ ਵਸਣਗੇ ਆਪਣੇ ਵਰਗੇ ਪੈਦਾ ਕਰਨਗੇ ਨਾ ਸ਼ੁਕਰੇ ਰੱਬ ਨੂੰ ਭੁੱਲੇ ਹੋਏ ਲੋਕ ਹੀ ਪੈਦਾ ਕਰਨਗੇ ਇਸ ਵਾਸਤੇ ਇਹਨਾਂ ਦਾ ਇੱਥੇ ਵਸਿਆ ਰਹਿਣਾ ਹੀ ਠੀਕ ਹੈ ਇਹਨਾਂ ਦਾ ਇੱਥੋਂ ਉੱਜੜ ਕੇ ਜਾਣਾ ਸਹੀ ਨਹੀਂ ਤੇ ਜਿਹੜੇ ਭਲੇ ਲੋਕ ਨੇ ਜਿੱਥੇ ਵੀ ਜਾਣਗੇ ਆਪਣੇ ਵਰਗੇ ਭਲੇ ਲੋਕ ਹੀ ਪੈਦਾ ਕਰਨਗੇ ਇਸ ਵਾਸਤੇ ਅਸੀਂ ਇਹ ਵਚਨ ਉਚਾਰਿਆ ਹੈ ਕਿ ਜਿਹੜੇ ਚੰਗੇ ਲੋਕ ਨੇ ਉਹ ਜਿੱਥੇ ਵੀ ਜਾ ਕੇ ਵਸਣਗੇ ਹਰ ਇੱਕ ਇਨਸਾਨ ਇੰਨੀ ਸਮਰੱਥਾ ਰੱਖਦਾ ਆ ਰੱਬ ਨੇ ਇੰਨੀ ਉਹਨੂੰ ਤਾਕਤ ਦਿੱਤੀ ਹੈ ਕਿ ਉਹ ਆਪ ਕੋਈ ਪਿੰਡ ਬਣ ਸਕਦਾ ਹੈ ਬੜੇ ਬੜੇ ਪਿੰਡ ਸ਼ਹਿਰ ਜਿਹੜੇ ਆ ਗੁਰੂ ਸਾਹਿਬਾਨ ਨੇ ਤਾਂ ਨਗਰ ਵਸਾਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਤਰਨ ਤਾਰਨ ਸਾਹਿਬ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਕਿਤਨੇ ਨਗਰ ਗੁਰੂ ਸਾਹਿਬ ਨੇ ਆਪਣੇ ਸਮੇਂ ਜਿਹੜੇ ਆ ਉਹ ਕਰਤਾਰਪੁਰ ਸਾਹਿਬ ਸਮੇਤ ਕਿਤਨੇ ਸਤਿਗੁਰਾਂ ਨੇ ਨਗਰ ਵਸਾਏ ਨੇ ਤਾਂ ਗੁਰੂ ਕੇ ਸਿੱਖ ਵੀ ਜਾਂ ਵੱਡੇ ਵੱਡੇ ਲੋਕ ਐਸੇ ਵੀ ਹੋਏ ਨੇ ਜਿਨ੍ਹਾਂ ਨੇ ਆਪਣੇ ਨਾਮ ਦਿੱਤੇ ਪਿੰਡ ਬੱਧੇ ਸੋ ਇਸ ਤਰੀਕੇ ਦੇ ਨਾਲ ਜਿੱਥੇ ਵੀ ਕੋਈ ਜਾਂਦਾ ਹੈ ਉੱਥੇ ਉਹ ਆਪਣੇ ਵਰਗਾ ਹੀ ਸਾਰਾ ਕੁਛ ਚਾਹੁੰਦਾ ਆ ਕਿ ਮੇਰੇ ਵਰਗਾ ਹੀ ਹੋਵੇ ਜੇ ਨਸ਼ੁਕਰ ਆਇਆ ਤਾਂ ਸੱਚਾਵੇਗਾ ਕਿ ਮੇਰੇ ਵਰਗੇ ਨਸ਼ੁਕਰੇ ਹੀ ਮੈਨੂੰ ਕਹਿ ਤੇ ਜੇ ਕੋਈ ਪਰਮਾਤਮਾ ਦੀ ਨਾਮ ਬੰਦਗੀ ਵਾਲਾ ਆ ਉਹ ਇਹੋ ਹੀ ਚਾਹੇਗਾ ਕਿ ਮੈਨੂੰ ਕੋਈ ਭਜਨੀ ਗੁਰੂ ਹੀ ਮਿਲੇ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਹੀ ਮੈਨੂੰ ਮਿਲੇ ਤਾਂ ਜੋ ਉਹਦੇ ਨਾਲ ਮਿਲ ਕੇ ਮੇਰੀ ਸਤਸੰਗਤ ਹੋ ਸਕੇ ਸੋ ਇਸ ਵਾਸਤੇ ਸਤਿਗੁਰੂ ਕਹਿੰਦੇ ਆ ਕਿ ਮੇਰੇ ਮਾਲਕ ਵਸ ਤੋਂ ਹੋਏ ਸੋ ਉਜਰ ਵਸਦੇ ਹੋਏ ਤੂੰ ਉਜਾੜ ਦੇਣਾ ਬੀਆਬਾਨ ਜੰਗਲ ਬਣਾ ਦੇਣਾ ਘੁੱਗ ਵਸਦੇ ਸ਼ਹਿਰਾਂ ਨੂੰ ਉਜਰ ਹੋਏ ਸੋ ਵਸੈ ਤੇ ਉਜੜਿਆ ਹੋਇਆਂ ਦੇ ਤੂੰ ਪੱਕੇ ਵਸੇਬੇ ਕਰ ਦਿੰਦੇ ਇਹ ਵੀ ਤੇਰੀ ਅਸਰਦ ਲੀਲਾ ਆ ਅਸਰਦ ਖੇਡ ਹੈ ਬਸ ਤੋ ਹੋਏ ਸੋ ਉਜਰ ਉਜਰ ਹੋਏ ਸੋ ਵਸੈ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇੜ ਕਰਾਵੇ ਤੇਰੇ ਵਿੱਚ ਇੰਨੀ ਤਾਕਤ ਹੈ ਕਿ ਤੂੰ ਜਲ ਤੇ ਥਲ ਕਰ ਤੂੰ ਪਾਣੀ ਤੋਂ ਮਾਰੂ ਥਲ ਬਣਾ ਸਕਦਾ ਹੈ
ਅਰਬ ਦੇ ਵਿੱਚ ਇੱਕ ਸਾਗਰ ਪਿਛਲੇ ਸਮੇਂ ਵਿਚਾਰ ਕੀਤੀ ਸੀ ਕਿ ਮਰਾਰ ਨਾਮ ਦਾ ਇੱਕ ਸਾਗਰ ਸੀ, ਹੌਲੀ ਹੌਲੀ ਉਹ ਸਾਗਰ ਸੁੱਕ ਗਿਆ ਤੇ ਅੱਜ ਰੇਗਿਸਤਾਨ ਹੈ, ਰੇਤ ਦੇ ਵੱਡੇ ਵੱਡੇ ਟਿੱਬੇ। ਉੱਥੇ ਜਹਾਜ਼ ਸਮੁੰਦਰੀ ਜਿਹੜੇ ਸ਼ਿਪ ਚੱਲਦੇ ਸਨ ਅੱਜ ਉਸੇ ਤਰ੍ਹਾਂ ਖਲੋਤੇ ਆ ਮਾਰੂ ਖਲ ਦੇ ਉੱਤੇ ਬੜੀਆਂ ਬੜੀਆਂ ਝਾੜੀਆਂ। ਭਾਵ ਇੱਕ ਬਹੁਤ ਵੱਡੇ ਸਾਗਰ ਨੂੰ ਉਹਨੇ ਮਾਰੂ ਖਲ ਬਣਾ ਦਿੱਤਾ। ਆ ਹੁਣ ਥੋੜੇ ਦਿਨ ਹੋਏ ਆ, ਵੈਸੇ ਤਾਂ ਕਹਿੰਦੇ ਆ ਕਿ ਉਹਨਾਂ ਨੇ ਆਪ ਕੁਦਰਤਨਾ ਛੇੜਛਾੜ ਕੀਤੀ ਡੁਬਈ ਵਾਲਿਆਂ ਨੇ, ਮੀਂਹ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਐਸੀ ਜਲ ਥਲ ਹੋ ਗਈ ਕਿ ਉਹਨਾਂ ਕੋਲੋਂ ਸੰਭਲਿਆ ਗਿਆ। ਜਿਹੜੇ ਇਲਾਕੇ ਵਿੱਚ ਕਦੇ ਮੀਂਹ ਪੈਂਦਾ ਨਹੀਂ ਸੀ ਜਾਂ ਬਹੁਤ ਘੱਟ ਪੈਂਦਾ ਸੀ, ਉਸ ਇਲਾਕੇ ਦੇ ਵਿੱਚ ਹੜ੍ਹ ਵਰਗੀ ਹਾਲਤ ਬਣ ਗਈ ਤੇ ਲੋਕਾਂ ਦੇ ਵਸਦੇ ਰਸਦੇ ਘਰ ਜਿਹੜੇ ਆ ਪਾਣੀ ਵਿੱਚ ਡੁੱਬ ਗਏ। ਇੱਕ ਤਾਂ ਕੁਦਰਤ ਨਾਲ ਖਿਲਵਾੜ ਕਰਨ ਦਾ ਸਿੱਟਾ ਭੁੱਲ ਗਿਆ, ਦੂਸਰੀ ਪਰਮਾਤਮਾ ਨੇ ਜੋ ਆ ਪੰਕਤੀ ਬਖਸ਼ਿਸ਼ ਕੀਤੀ ਇਹਦੇ ਅਰਥ ਵੀ ਸਪਸ਼ਟ ਹੋ ਗਏ ਕਿ ਉਹ ਅਕਾਲ ਪੁਰਖ ਵੱਲੋਂ ਜਲ ਤੇ ਥਲ ਕਰ ਜਲ ਦੇ ਵਿੱਚੋਂ ਧਰਤੀ ਪ੍ਰਗਟ ਕਰ ਸਕਦਾ ਆ, ਮਾਰੂ ਥਲ ਬਣਾ ਸਕਦਾ ਆ। ਜਲ ਤੇ ਥਲ ਕਰ ਥਲ ਤੇ ਕੋਆ ਤੇ ਰੇਗਿਸਤਾਨ ਜਾਂ ਧਰਤੀ ਥਲ ਨੂੰ ਉਹ ਖੂਹ ਬਣਾ ਸਕਦਾ ਜਿੱਥੇ ਵੱਡੇ ਵੱਡੇ ਰੇਤਾਂ ਦੇ ਟਿੱਬੇ ਨਜ਼ਰ ਆਉਂਦੇ ਨੇ ਉੱਥੇ ਵੱਡੇ ਵੱਡੇ ਖੂਹ ਪ੍ਰਗਟ ਕਰ ਸਕਦਾ ਉਹ ਪਰਮਾਤਮਾ। ਏਡੀ ਵੱਡੀ ਸਮਰੱਥਾ ਦਾ ਮਾਲਕ ਹੈ। ਜਲ ਤੇ ਥਲ ਕਰ ਥਲ ਤੇ ਕੂਆ ਖੂਬ ਤੇ ਮੇਰ ਕਰਾਵੇ, ਮੇਰ ਕਹਿੰਦਿਆ ਪਰਬਤ ਨੂੰ ਪਹਾੜ, ਸੁਮੇਰ ਪਰਬਤ ਬਹੁਤ ਉੱਚਾ ਹੈ ਜਿਹਨੂੰ ਮੇਰੂ ਪਰਬਤ ਵੀ ਕਹਿ ਦਿੰਦੇ ਆ। ਸੋ ਕਹਿੰਦੇ ਨੇ ਤੂੰ ਖੂਹ ਦੇ ਵਿੱਚੋਂ ਪਹਾੜ ਪ੍ਰਗਟ ਕਰ ਸਕਦਾ, ਖੂਹ ਦੇ ਵਿੱਚੋਂ ਪਹਾੜ। ਇਹ ਗੱਲਾਂ ਸੋਚਣ ਨੂੰ ਬਹੁਤ ਅਸਰਥਨੀਆਂ ਲੱਗਦੀਆਂ, ਕਿਉਂਕਿ ਕੁਝ ਤਾਂ ਅਸੀਂ ਆਪਣੇ ਜੀਵਨ ਵਿੱਚ ਆਪਣੀ ਅੱਖਾਂ ਦੇ ਸਾਹਮਣੇ ਘਟਦਾ ਹੋਇਆ ਵੇਖ ਲੈਂਦੇ ਹਾਂ, ਪਰ ਕੁਛ ਅਸੀਂ ਵੇਖਿਆ ਨਹੀਂ ਹੁੰਦਾ ਤੇ ਜਿਹਨੂੰ ਅਸੀਂ ਵੇਖਿਆ ਨਾ ਹੋਵੇ ਉਹ ਸਾਨੂੰ ਇੰਝ ਹੀ ਲੱਗਦਾ ਹੈ ਕਿ ਇੰਨਾ ਨਹੀਂ ਹੋ ਸਕਦਾ। ਪਰ ਜੋ ਕੁਝ ਅਸੀਂ ਹੁਣ ਤੱਕ ਆਪਣੀਆਂ ਅੱਖਾਂ ਦੇ ਸਾਹਮਣੇ ਹੁੰਦਾ ਵੇਖਿਆ ਹੈ ਉਹਦੇ ਤੋਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਮਾਲਕ ਅਕਾਲ ਪੁਰਖ ਵਾਹਿਗੁਰੂ ਜੋ ਮਰਜ਼ੀ ਕਰ ਸਕਦਾ, ਕਿਉਂਕਿ ਸਾਰੀ ਸ੍ਰਿਸ਼ਟੀ ਇਹ ਤਾਂ ਬਦਲਾਅ ਦੀਆਂ ਗੱਲਾਂ ਨੇ ਨਾ ਕਿ ਤੂੰ ਆਪਣੀ ਰਚੀ ਹੋਈ ਰਚਨਾ 'ਚ ਬਦਲਾਅ ਕਰ ਸਕਦਾ। ਜਿਹੜਾ ਇਸ ਸਾਰੇ ਸਿਸਟਮ ਨੂੰ ਬਣਾ ਸਕਦਾ ਆ ਆਪਣੀ ਇੱਕ ਆਵਾਜ਼ ਦੇ ਨਾਲ, ਉਹਦੇ ਵਾਸਤੇ ਇਸ ਸਾਰੇ ਕੁਝ ਦੇ ਵਿੱਚ ਬਦਲਾਅ ਕਰਨਾ ਕਿਹੜਾ ਔਖਾ। ਉਹਦੇ ਵਾਸਤੇ ਸਾਗਰ ਤੋਂ ਮਾਰੂ ਥਲ ਬਣਾਉਣਾ ਔਖਾ ਨਹੀਂ, ਉਹਦੇ ਵਾਸਤੇ ਮਾਰੂ ਥਲ ਤੋਂ ਸਾਗਰ ਬਣਾਉਣਾ ਔਖਾ ਨਹੀਂ, ਇਸੇ ਤਰ੍ਹਾਂ ਉਹਦੇ ਵਾਸਤੇ ਥਲ ਤੋਂ ਖੂਹ ਬਣਾਉਣਾ ਔਖਾ ਨਹੀਂ ਤੇ ਖੂਹ ਤੋਂ ਪਹਾੜ ਬਣਾਉਣੇ ਔਖੇ ਨਹੀਂ। ਉਹ ਸਭ ਕੁਛ ਕਰ ਸਕਦਾ ਕਿਉਂਕਿ ਉਹਦਾ ਨਾਮ ਹੀ ਕਰਤਾ ਹੈ, ਕਰਤਾਰ, ਕਰਤਾ, ਕਰਤਾ ਪੁਰਖ, ਕਰਨਹਾਰ, ਕਿਤਨੇ ਨਾਮ ਪਰਮਾਤਮਾ ਦੇ ਉਹਦੇ ਕਿਰਤਮ ਕਾਰਜ ਨੂੰ ਵੇਖ ਕੇ ਰੱਖੇ ਗਏ। ਜੇ ਤੋਂ ਇਹ ਸਿੱਧ ਹੁੰਦਾ ਹੈ ਕਿ ਕਰਨ ਕਾਰਨਹਾਰ ਸਰਬ ਕਲਾ ਸਦਾਤੂ ਪਰਮਾਤਮਾ ਅਕਾਲ ਪੁਰਖ ਵੈ। ਸੋ ਇਸ ਵਾਸਤੇ ਸਤਿਗੁਰੂ ਕਹਿੰਦਾ ਕਿ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜ
ਜੜੇ ਆਕਾਸ਼ ਗਿਰਾਵੈ। ਤੂੰ ਧਰਤੀ ਤੇ ਵਸਣ ਵਾਲੇ ਜੀਵਾਂ ਨੂੰ ਆਕਾਸ਼ ਤੇ ਚੜਾ ਸਕਦਾ। ਹੱਕੀ ਨੇ ਸੋਚਿਆ ਸੀ ਕਿ ਲੋਕ ਜਿਹੜਾ ਕਈ ਕਈ ਵਰਿਆਂ ਵਿੱਚ ਹੋਣ ਵਾਲਾ ਸਫ਼ਰ ਹੈ, ਕੁਝ ਘੰਟਿਆਂ 'ਚ ਜਹਾਜ਼ਾਂ 'ਤੇ ਚੜ੍ਹ ਕੇ ਕਰ ਸਕਣਗੇ। ਛੋਟੇ ਰੂਪ ਵਿੱਚ ਸਮਝਣ ਵਾਸਤੇ ਆਪਾਂ ਇਹ ਉਦਾਹਰਣ ਲੈ ਸਕਦੇ ਹਾਂ ਕਿ ਜਿਵੇਂ ਇੱਕ ਆਮ ਵਸਣ ਵਾਲੇ ਧਰਤੀ 'ਤੇ ਵਸਣ ਵਾਲੇ ਜੀਵ ਨੂੰ ਜਹਾਜ਼ 'ਤੇ ਚੜ੍ਹਾ ਕੇ ਆਕਾਸ਼ ਵਿੱਚ ਉਡਾ ਕੇ ਕਿਤੇ ਦਾ ਕਿਤੇ ਲੈ ਜਾਂਦਾ ਹੈ, ਤੇ ਆਕਾਸ਼ 'ਤੇ ਚੜ੍ਹਿਆ ਹੋਇਆ ਨੂੰ ਧਰਤੀ 'ਤੇ ਵੀ ਲੈ ਆਉਣਾ। ਇਹਨੂੰ ਇਸ ਤਰੀਕੇ ਨਾਲ ਵੀ ਲੈ ਸਕਦੇ ਹਾਂ ਕਿ ਜਿਹੜਾ ਬਿਲਕੁਲ ਮੁਫਲਸ ਹੈ ਉਹਨੂੰ ਤੋਂ ਬਹੁਤ ਵੱਡੀ ਹਸਤੀ ਵਾਲਾ ਬਣਾ ਸਕਦਾ ਹੈ, ਤੇ ਬੜੀ ਵੱਡੀ ਹਸਤੀ ਵਾਲੇ ਨੂੰ ਤੂੰ ਨਿਸ ਤੋਂ ਨਬੋਧ ਵੀ ਕਰ ਸਕਦਾ। ਇਹਨੂੰ ਏਦਾਂ ਵੀ ਲੈ ਸਕਦੇ ਹਾਂ ਕਿ ਧਰਤੀ 'ਤੇ ਵਸਣ ਵਾਲੇ ਜੀਵ ਨੂੰ ਚੰਦਰਮਾ ਅਤੇ ਮੰਗਲ ਗ੍ਰਹਿ ਆਦਿ 'ਤੇ ਪਹੁੰਚਾ ਦਿੱਤੇ ਖੋਜ ਕਰਨ ਵਾਸਤੇ। ਤਾਂ ਪਿਛਲੇ ਸਮੇਂ ਦੀਆਂ ਦੰਦ ਕਥਾਵਾਂ ਇਹ ਵੀ ਆਉਂਦੀਆਂ ਨੇ ਕਿ ਜਿਹੜੇ ਦੂਸਰੇ ਗ੍ਰਹਿਆਂ 'ਚ ਵਸਣ ਵਾਲੇ ਜੀਵ ਹੈ ਉਹ ਵੀ ਇਸ ਧਰਤੀ 'ਤੇ ਏਲੀਅਨ ਵਗੈਰਾ ਹੈ, ਜਿੱਦਾਂ ਦੇ ਜਹਾਜ਼ ਰੇਤਾਂ ਦੀਆਂ ਉੱਡਣ ਛਤਰੀਆਂ ਦੇ ਰਾਹੀਂ ਦੂਸਰੇ ਗ੍ਰਹਿਆਂ ਦੇ ਜੀਵ ਵੀ ਇਸ ਧਰਤੀ 'ਤੇ ਵੇਖੇ ਗਏ। ਭਾਵ ਤੂੰ ਕੁਛ ਵੀ ਕਰ ਸਕਦਾ ਆ, ਏਡੀ ਵੱਡੀ ਤੇਰੀ ਸਮਰੱਥਾ ਆ, ਧਰਤੀ 'ਤੇ ਆਕਾਸ਼ ਚੜਾਵੈ, ਤੂੰ ਧਰਤੀ 'ਤੇ ਵਸਣ ਵਾਲਿਆਂ ਨੂੰ ਆਕਾਸ਼ ਵਿੱਚ ਚੜ੍ਹਾ ਸਕਦਾ ਹੈ। ਚੜ੍ਹੇ ਆਕਾਸ਼ ਗਿਰਾਵੈ, ਉੱਚ ਆਕਾਸ਼ 'ਤੇ ਚੜ੍ਹੇ ਹੋਏ ਬੁਲੰਦੀਆਂ ਨੂੰ ਛੂੰਹਦਿਆਂ ਹੋਇਆਂ ਨੂੰ ਧਰਤੀ 'ਤੇ ਡੇਗ ਸਕਦਾ ਹੈ, ਗਿਰਾ ਸਕਦਾ ਹੈ। ਧਰਤੀ 'ਤੇ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਗਿਰਾਵੈ, ਭੇਖਾਰੀ 'ਤੇ ਰਾਜ ਕਰਾਵੈ, ਰਾਜਾ 'ਤੇ ਭੇਖਾਰੀ। ਤੂੰ ਇੱਕ ਭਿਖਾਰੀ ਤੋਂ ਰਾਜ ਕਰਵਾ ਸਕਦਾ ਹੈ, ਰਾਜਾ ਬਣਾ ਸਕਦਾ ਹੈ, ਤੇ ਇੱਕ ਰਾਜੇ ਨੂੰ ਤੂੰ ਭਿਖਾਰੀ ਬਣਾ ਸਕਦਾ ਹੈ। ਸਤਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਜੀ ਦੇ ਨਾਲ ਸੰਬੰਧਿਤ ਜਦੋਂ ਆ ਪਟਿਆਲੇ ਵਾਲੇ ਨਾਭੇ ਵਾਲੇ ਰਾਜਿਆਂ ਦੀ ਸ਼ੁਰੂਆਤ ਸੁਣੀਦੀ ਹੈ, ਕਿਉਂਕਿ ਯਤੀਮ ਸਨ ਦੋ ਲੜਕੇ, ਇਹਨਾਂ ਦਾ ਚਾਚਾ ਜਾਂ ਤਾਇਆ ਗੁਰੂ ਸਾਹਿਬ ਦੇ ਚਰਨਾਂ 'ਚ ਲੈ ਕੇ ਆਉਂਦਾ, ਨਾਲ ਸਮਝਾਉਂਦਾ ਆ ਕਿ ਜਦੋਂ ਗੁਰੂ ਸਾਹਿਬ ਦੇ ਸਾਹਮਣੇ ਜਾਣਾ ਆਪਣੇ ਪੇਟ ਵਜਾਉਣ ਲੱਗ ਪਏ। ਇਸੇ ਤਰ੍ਹਾਂ ਹੀ ਹੋਇਆ ਜਦੋਂ ਸਾਹਮਣੇ ਆ ਕੇ ਕਾਲਾ ਇੱਕ ਦਾ ਨਾਮ ਸੀ, ਇਸੇ ਤਰ੍ਹਾਂ ਗੁਰੂ ਸਾਹਿਬ ਇੱਕ ਸੀ, ਜਦੋਂ ਗੁਰੂ ਸਾਹਿਬ ਦੇ ਸਾਹਮਣੇ ਆਏ ਤਾਂ ਪੇਟ ਵਜਾਉਣੇ ਸ਼ੁਰੂ ਕਰ ਦਿੱਤੇ। ਗੁਰੂ ਸਾਹਿਬ ਜਾਣੀ ਜਾਣ ਅੰਤਰ ਜਾਮੀ, ਫਿਰ ਵੀ ਪੁੱਛਦਿਆ ਕਿ ਪੇਟ ਕਿਉਂ ਵਜਾ ਰਿਹਾ, ਢਿੱਡ ਕਿਉਂ ਵਜਾ ਰਿਹਾ। ਤਾਂ ਇਹਨਾਂ ਦੇ ਚਾਚੇ ਜਾਂ ਤਾਏ ਨੇ ਕਿਹਾ ਕਿ ਇਹ ਯਤੀਮ ਨੇ, ਇਹਨਾਂ ਦੇ ਕੋਲ ਕੋਈ ਖਾਣ ਨੂੰ ਨਹੀਂ, ਭੁੱਖੇ ਨੇ, ਇਸ ਕਰਕੇ ਇਹ ਪੇੜ ਵਜਾ ਰਿਹਾ। ਤਾਂ ਸਤਿਗੁਰੂ ਪਾਤਸ਼ਾਹ ਨੇ ਵਰਦਾਨ ਦਿੱਤਾ ਕਿ ਇਹਨਾਂ ਦੋਹਾਂ ਦੇ ਵਿੱਚੋਂ ਇੱਕ ਬਹੁਤ ਵੱਡਾ ਰਾਜਾ ਬਣੇਗਾ ਤੇ ਦੂਸਰੀ ਵੀ ਇੱਡੀ ਵੱਡੀ ਹਸਤੀ ਬਣੇਗੀ ਕਿ ਉਹਦੇ ਘੋੜੇ ਜਮਣਾ ਤੋਂ ਜਾ ਕੇ ਪਾਣੀ ਪੀਆ ਕਰਨ। ਉਹਨਾਂ ਦੇ ਵਿੱਚੋਂ ਸੰਦਲ ਤੇ ਫੂਲ ਰਿਆਸਤਾਂ ਪੈਦਾ ਹੋਈਆਂ, ਜਿਹਨਾਂ ਦੇ ਵਿੱਚੋਂ ਭਾਈ ਰਾਮਾ ਤੇ ਤਲੋਕਾ ਜੀ ਹੋਏ, ਜਿਹੜੇ ਬਹੁਤ ਵੱਡੇ ਵਪਾਰੀ ਵੀ ਸਨ, ਗੁਰੂ ਕੇ ਸਿੱਖ ਵੀ ਸਨ, ਤੇ ਚਮਕੌਰ ਸਾਹਿਬ ਦੀ ਜੰਗ ਦੇ ਵਿੱਚੋਂ ਜਿਤਨੇ ਸਿੰਘ ਉੱਥੇ ਸ਼ਹੀਦ ਹੋਏ ਨੇ, ਦੋ ਸਾਹਿਬਜ਼ਾਦਿਆਂ ਸਮੇਤ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ,
ਉਹਨਾਂ ਦੇ ਸਰੀਰ ਦਾ ਬੀਬੀ ਚਰਨ ਕੌਰ ਤੋਂ ਬਾਅਦ ਜਦੋਂ ਦੀ ਸ਼ਹਾਦਤ ਹੋ ਜਾਂਦੀ ਹੈ, ਬਾਕੀ ਬਚਿਆ ਹੋਇਆ ਸੰਸਕਾਰ ਉਹ ਕਰਦੇ ਆ ਤੇ ਉਹਨਾਂ ਦੇ ਅਸਥਾਂ ਦੀ ਸੰਭਾਲ ਵੀ ਕਰਦੇ। ਉਹਨਾਂ ਦੀ ਬਦੌਲਤ ਹੀ ਅੱਜ ਚਮਕੌਰ ਸਾਹਿਬ, ਕਤਲਗੜੀ ਸਾਹਿਬ ਗੁਰਦੁਆਰਾ ਸਾਹਿਬ ਦਾ ਜੋ ਥੜਾ ਸਾਹਿਬ ਉਹਦੇ ਥੱਲੇ ਸਮੂਹ ਸ਼ਹੀਦਾਂ ਦੇ ਅਸਥ ਸੰਭਾਲੇ ਪਏ। ਇਹ ਸਾਰੇ ਜੰਗਾਂ ਜੁੰਗਾਂ ਤੋਂ ਵਿਹਲੇ ਹੋ ਕੇ ਜਦੋਂ ਗੁਰੂ ਕਾਸ਼ੀ ਸਾਹਿਬ ਫਿਰ ਤਲਵੰਡੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਂਦੇ ਆ ਤਾਂ ਉੱਥੇ ਰਾਮਾ ਤੇ ਤ੍ਰਿਲੋਕਾ ਜਾ ਕੇ ਸਾਧੂ ਪਾਸ਼ਾ ਦੀ ਬਹੁਤ ਸੇਵਾ ਕਰਦੇ ਆ। ਫਿਰ ਉੱਥੇ ਅੰਮ੍ਰਿਤ ਪਾਨ ਕਰਦੇ ਆ, ਭਾਈ ਰਾਮ ਸਿੰਘ ਤੇ ਭਾਈ ਤ੍ਰਿਲੋਕ ਸਿੰਘ ਬਣ ਜਾਂਦੇ ਆ ਤੇ ਸਾਧੂ ਪਾਸ਼ਾ ਦੇ ਕੋਲੋਂ ਬੜੀਆਂ ਨਿਆਮਤਾਂ ਲੈਂਦੇ ਆ, ਮੰਗ ਕੇ ਮੁਰਾਦਾਂ ਲੈਂਦੇ। ਸੋ ਆ ਜੋ ਰਿਆਸਤਾਂ ਦੇ ਰਾਜੇ ਪਟਿਆਲੀਏ, ਨਾਭੇ ਵਾਲੇ, ਜੀਤ ਵਾਲੇ, ਇਹਨਾਂ ਉੱਤੇ ਕਿਰਪਾ ਕੀਤੀ ਸਤਿਗੁਰੂ ਪਾਤਸ਼ਾਹ ਜੀ ਨੇ, ਸੱਤਵੇਂ ਪਾਤਸ਼ਾਹ ਜੀ ਨੇ, ਤੇ ਬੜੇ ਬੜੇ ਰਾਜ ਭਾਗਾਂ ਦੇ ਅਧਿਕਾਰੀ ਬਣੇ, ਮਾਲਕ ਬਣੇ। ਜੋ ਕਬੀਰ ਜੀ ਕਹਿ ਰਹੇ ਆ ਉਹ ਅੱਗੇ ਆ ਕੇ ਵਾਪਰਿਆ ਵੀ ਤੇ ਸਦਾ ਹੀ ਵਾਪਰਦਾ ਰਹਿੰਦਾ। ਇਹ ਕੋਈ ਕਿਰਿਆ ਐਸੀ ਨਹੀਂ ਹੈ ਕਿ ਪਿਛਲੇ ਸਮੇਂ 'ਚ ਹੋ ਗਈ ਹੈ ਤੇ ਹੁਣ ਨਹੀਂ ਹੋ ਸਕਦੀ। ਇਹ ਨਾ ਰੁਕਣਕਾਰੀ ਕਿਰਿਆ ਪਰਮਾਤਮਾ ਦਾ ਕਾਰਜ ਐਸਾ ਹੈ ਜਿਹੜਾ ਕਦੇ ਰੁਕਦਾ ਨਹੀਂ। ਸੋ ਇਸ ਵਾਸਤੇ ਕਬੀਰ ਜੀ ਕਹਿੰਦੇ ਆ ਕਿ ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਤੇ ਤੂੰ ਰਾਜੇ ਨੂੰ ਭੇਖਾਰੀ ਵੀ ਬਣਾ ਦਿੰਦਾ। ਜਿਵੇਂ ਔਰੰਗਜ਼ੇਬ ਦੇ ਪਿਤਾ ਨੂੰ ਭੇਖਾਰੀ ਬਣਾਇਆ, ਮੰਗਿਆਂ ਵੀ ਰੋਟੀ ਨਹੀਂ ਮਿਲ ਰਹੀ। ਮੈਂ ਪਹਿਲਾਂ ਅਰਜ਼ ਕੀਤੀ ਸੀ ਕਿ ਹਰ ਪੰਕਤੀ ਦੀਆਂ ਕਈ ਕਈ ਸਾਖੀਆਂ ਨੇ, ਇਸ ਵਾਸਤੇ ਬਹੁਤਾ ਵਿਸਥਾਰ ਤਾਂ ਨਹੀਂ ਕੀਤਾ ਜਾ ਸਕਦਾ। ਅੰਸ਼ ਮਾਤਰ ਕਹਿ ਕੇ ਅੱਗੇ ਚੱਲਦੇ ਹਾਂ ਕਿ ਜਿਵੇਂ ਇੱਕ ਬਾਦਸ਼ਾਹ ਜਿਹੜਾ ਕਹਿੰਦਾ ਸੀ, ਸ਼ੰਕਾ ਕਰਦਾ ਸੀ ਕਿਸੇ ਵੇਲੇ ਗੁਰਬਾਣੀ ਦੇ ਉੱਤੇ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਂ, ਦਾ ਦਰ ਮੰਗਣ ਭਿੱਖ ਨਾ ਪਾਉਂਦਾ। ਤਾਂ ਉਹਨੇ ਕਿਹਾ ਕਿ ਇੱਦਾਂ ਕਿੱਦਾਂ ਹੋ ਸਕਦਾ ਹੈ ਕਿ ਸੁਲਤਾਨ ਨੂੰ ਕਿਸੇ ਨੂੰ ਘਾਹ ਖੋਦਣਾ ਪੈ ਜਾਵੇ ਜਾਂ ਖਾਣਾ ਪੈ ਜਾਵੇ, ਅਤੇ ਉਹਨੂੰ ਮੰਗਿਆ ਵੀ ਭੇਖਣਾ ਭੀਖ ਨਾ ਮੰਗੀਏ, ਤਾਂ ਐਸਾ ਉਹਦੇ ਨਾਲ ਵਾਪਰਿਆ। ਸੋ ਇਸੇ ਤਰੀਕੇ ਦੇ ਨਾਲ ਤੂੰ ਰਾਜੇ ਨੂੰ ਭਿਖਾਰੀ ਵੀ ਬਣਾ ਸਕਦਾ ਹੈ। ਅੱਗੇ ਬਖਸ਼ਿਸ਼ ਕਰਦੇ ਨੇ, ਖਲ ਮੂਰਖ ਤੇ ਪੰਡਿਤ ਕਰੇ ਵੋ ਪੰਡਿਤ ਤੇ ਮੁਗਧਾਰੀ। ਤੂੰ ਇੱਕ ਖਲ ਮੂਰਖ ਨੂੰ ਬਹੁਤ ਵੱਡਾ ਪੰਡਿਤ ਬਣਾ ਸਕਦਾ, ਵਿਦਵਾਨ, ਤੇ ਪੰਡਿਤ ਨੂੰ ਬਹੁਤ ਵੱਡਾ ਮੂਰਖ ਬਣਾ ਸਕਦਾ। ਮੁਗਧਾਰੀ ਤੋਂ ਭਾਵ ਹੈ ਮੂਰਖ, ਮੰਦ ਬੁੱਧੀ। ਇਹਦੇ ਪ੍ਰਤਾਪ ਵੀ ਬਹੁਤ ਸਾਖੀਆਂ ਨੇ, ਜਿਵੇਂ ਸਜੂ ਜੀਵਨ ਦੀ ਸਾਖੀ ਹੈ, ਇਸੇ ਤਰ੍ਹਾਂ ਹੋਰ ਵੀ ਗ੍ਰੰਥ ਸਾਖੀ ਨੇ। ਸਾਖੀ ਆਪਾਂ ਬਹੁਤ ਘੱਟ ਸੁਣੀ ਹੈ। ਜਿਹੜੀ ਇੱਕ ਆਮ ਹੀ ਉਦਾਹਰਣ, ਜਦੋਂ ਛੋਟੇ ਤੇ ਵੱਡੇ ਦਾ ਮੁਲਾਂਕਣ ਕੀਤਾ ਜਾਂਦਾ ਹੈ ਨਾ, ਤਾਂ ਆਪਾਂ ਇੱਕ ਲਫ਼ਜ਼ ਵਰਤਦੇ ਹਾਂ, ਕਿੱਥੇ ਰਾਜਾ ਭੋਗ, ਕਿੱਥੇ ਗੰਗੂ ਤੇਜੀ। ਤਾਂ ਉਹ ਵਿਚਾਰ ਪੜ੍ਹਦੇ ਹੋਏ ਸਾਖੀ ਸਾਹਮਣੇ ਆ ਗਈ। ਕਹਿੰਦੇ ਨੇ ਰਾਜੇ ਭੋਜ ਦੇ ਦਰਬਾਰ ਵਿੱਚ ਇੱਕ ਵਾਰ ਇੱਕ ਐਸਾ ਪੰਡਿਤ ਆ ਗਿਆ ਜਿਹੜਾ ਬਹੁਤ ਦਿਗ ਵਿੱਚ ਸੀ, ਭਾਵ ਸਾਰੇ ਪਾਸਿਆਂ ਦਾ ਜੇਤੂ, ਬੜੇ ਵੇਦ ਸ਼ਾਸਤਰੀ ਨੇ ਪੜ੍ਹੇ ਹੋਏ ਸੀ। ਤਾਂ ਉਹਨੇ ਆ ਕੇ ਐਲਾਨ ਕਰ ਦਿੱਤਾ, ਕਰਵਾ ਦਿੱਤਾ ਰਾਜੇ ਭੋਜ ਦੇ ਕੋਲੋਂ ਕਿ ਜਿਤਨੇ ਤੇਰੇ ਰਾਜ ਵਿੱਚ ਪੰਡਿਤ ਨੇ ਮੇਰੇ ਨਾਲ ਚਰਚਾ ਕਰਕੇ ਵੇਖਣਗੇ ਤਾਂ ਮੈਨੂੰ ਹਰਾ ਦੇਣ ਤਾਂ ਠੀਕ ਹੈ, ਨਹੀਂ ਤਾਂ ਫਿਰ ਜਿੰਨੇ ਗ੍ਰੰਥ ਨੇ ਉਹ ਮੈਨੂੰ ਭੇਟ ਕਰ ਦੇਣ, ਜਿੰਨੇ ਉਹਨਾਂ ਦੇ ਕੋਲ ਵਿਦਿਆ ਦੇ ਗ੍ਰੰਥ ਨੇ। ਹੰਕਾਰ ਬਹੁਤ ਭੈੜੀ ਚੀਜ਼ ਹੈ। ਇਹ ਚੰਗੀਆਂ ਭਲੀਆਂ ਅੱਖਾਂ ਵਿੱਚ ਆਇਆ ਹੋਇਆ ਮੋਤੀਆ ਬਿੱਲ ਵਰਗਾ। ਸੋ ਜਦੋਂ ਹੰਕਾਰ ਦਾ ਮੋਤੀਆ ਉੱਤਰ ਆਉਂਦਾ ਹੈ ਨਾ, ਉਦੋਂ ਬੰਦੇ ਨੂੰ ਕੋਈ ਸਾਫ਼ ਨਜ਼ਰ ਨਹੀਂ ਆਉਂਦਾ।
ਇਸ ਵਾਸਤੇ ਉਹ ਫਿਰ ਐਸੇ ਕੰਮ ਕਰਨ ਲੱਗ ਜਾਂਦਾ। ਹੁਣ ਪੰਡਿਤ ਜਿਹੜੇ ਸਨ ਉਹ ਵੀ ਭੈਭੀਤ ਹੋ ਗਏ, ਉਹ ਕਿਸੇ ਸਤਪੁਰਸ਼ ਕੋਲ ਚਲੇ ਗਏ। ਉਹ ਕਹਿੰਦਾ ਕਿ ਵਿਦਵਾਨ ਦੇ ਵਾਕਿਆ ਨੂੰ ਮੈਨੂੰ ਕੋਈ ਜਿੱਤ ਸਕਦਾ, ਇੱਥੇ ਹੁਣ ਵਿਦਵਾਨ ਦੀ ਨਹੀਂ ਲੋੜ, ਮੈਂ ਤੁਹਾਨੂੰ ਬੰਦਾ ਦੱਸਦਾ ਹੈ, ਗੰਗੇ ਤੇਲੀ ਕੋਲ ਚਲੇ ਜਾਓ, ਉਹ ਹੁਣ ਜਿੱਤ ਸਕਦਾ। ਹੈਰਾਨੀ ਤਾਂ ਹੋਈ ਪਰ ਹੁਣ ਕਿਹਾ ਸੀ ਮੰਨਣਾ ਵੀ ਪੈਣਾ ਸੀ, ਨਾਲ ਜਾਣ ਬਚਾਉਣੀ। ਹਾਰ ਹੋਵੇਗੀ ਤੇ ਇੱਕ ਮੂਰਖ ਦੀ ਹੋਵੇਗੀ, ਕਹਾਂਗੇ ਤਾਂ ਮੂਰਖ ਸੀ, ਕੋਈ ਹੋਰ ਉਹਨੇ ਘਰੋਂ ਰਾਹ ਨਿਕਲਾਵੇਗਾ। ਜੇ ਜਿੱਤ ਜਾਵੇਗਾ ਤੇ ਫਿਰ ਵੀ ਆ ਸਾਡੀ ਜੈ ਜੈਕਾਰ। ਤਾਂ ਕਹਿੰਦੇ ਨੇ ਕਿ ਉਹਨੂੰ ਫਿਰ ਨਵਾਇਆ ਗਿਆ, ਨਵਾ ਧਵਾ ਕੇ ਉਹਨੂੰ ਸੋਹਣੇ ਲੀੜੇ ਪਾਏ ਗਏ, ਵਧੀਆ ਜੁੱਤੀ ਉਹਨੂੰ ਪਵਾਈ ਗਈ। ਕਿਉਂਕਿ ਜਿਹੜਾ ਮੂਰਖ ਬੰਦਾ ਹੁੰਦਾ ਨਾ, ਉਹ ਹਰ ਕੰਮ ਵਾਸਤੇ ਬੜੀ ਛੇਤੀ ਤਿਆਰ ਹੋ ਜਾਂਦਾ, ਸੋਚਦਾ ਨਹੀਂ। ਉਸੇ ਵੇਲੇ ਕਿਸੇ ਕਲੇ ਪਲੰਦਰ ਤੁਰ ਪੈਣਾ ਜਾਂ ਕਿਸੇ ਪਾਸੇ ਤੁਰ ਪੈਣਾ। ਦੋ ਪੱਖ ਹੁੰਦੇ ਆ, ਇੱਕ ਤਾਂ ਦਲੇਰੀ ਤੇ ਇੱਕ ਮੂਰਖਤਾ। ਦਲੇਰ ਬੰਦਾ ਵੀ ਨਹੀਂ ਸੋਚਦਾ ਕਿਸੇ ਪਾਸੇ ਨੂੰ ਤੁਰਨਾ ਹੋ ਜਾਣਾ ਹੋਵੇ, ਤੇ ਮੂਰਖ ਬੰਦਾ ਵੀ ਨਹੀਂ ਸੋਚਦਾ ਕਿਹਦਾ ਅੰਜਾਮ ਕੀ ਹੋਵੇਗਾ, ਛਿੱਟਾ ਕੀ ਨਿਕਲੇਗਾ। ਉਹ ਵੀ ਉਸੇ ਵੇਲੇ ਤੁਰ ਪੈਂਦਾ। ਹੁਣ ਗੰਗਾ ਤੇਲੀ ਪੰਡਤਾਂ ਦੇ ਮੁਕਾਬਲੇ ਮੂਰਖ ਬੰਦਾ ਸੀ। ਸੋ ਇਹਨੇ ਉਹ ਲੀੜੇ ਪਾਏ, ਜੁੱਤੀ ਪਾਈ ਤੇ ਰਾਜ ਦੇ ਦਰਬਾਰ ਵਿੱਚ ਚਲਿਆ ਗਿਆ। ਹੁਣ ਇਹਨੇ ਸੋਚਿਆ ਕਿ ਮੇਰੀ ਜੁੱਤੀ ਬੜੀ ਵਧੀਆ ਮਸਾਂ ਮਿਲੀ ਆ, ਕਿਉਂ ਨਾ ਇਹਨੂੰ ਲਪੇਟ ਹੀ ਲਵਾਂ, ਲਕਾ ਲਵਾਂ, ਕਿਤੇ ਮੇਰੀ ਜੁੱਤੀ ਨਾ ਚੋਰੀ ਹੋ ਜਾਵੇ। ਇਹਨੇ ਵਧੀਆ ਜੇ ਕੱਪੜੇ 'ਚ ਜੁੱਤੀ ਲਕਾ ਕੇ ਕਸ਼ ਹੀ ਮਾਰਨਾ। ਜਦੋਂ ਉਸ ਪੰਡਿਤ ਦੇ ਸਾਹਮਣੇ ਗਿਆ ਤਾਂ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਦੋਵਾਂ ਦੇ ਬੈਠਣ ਵਾਸਤੇ। ਪਹਿਲਾਂ ਤਾਂ ਲੀੜਾ ਕੱਪੜਾ ਵੇਖ ਕੇ ਬੜਾ ਪ੍ਰਭਾਵਿਤ ਹੋਇਆ ਉਹ ਜਿਹੜਾ ਪੰਡਿਤ ਸੀ। ਇਹ ਕਹਿੰਦਾ ਕਿ ਕਿਉਂ ਨਾ ਮੈਂ ਇਹਦੇ ਪਹਿਲੋਂ ਸ਼ਾਸਤਰ ਜਿਹੜਾ ਨੇ ਕਸ਼ ਮਾਰਿਆ ਪਹਿਲੋਂ ਇਹਦੇ ਬਾਰੇ ਕੁਛ ਲਵਾਂ ਕਿ ਤੇਰੇ ਕੋਲ ਕਿਹੜਾ ਸ਼ਾਸਤਰ ਹੈ। ਉਹਨੇ ਪੁੱਛਿਆ ਕਿ ਤੇਰੇ ਕੋਲ ਸ਼ਾਸਤਰ ਕਿਹੜਾ ਗ੍ਰੰਥ ਹੈ। ਤਾਂ ਅੱਗੋਂ ਉਹਨੇ ਜਵਾਬ ਦਿੱਤਾ ਨਿਰਭੈਤਾ ਦੇ ਨਾਲ ਕਿ ਕੰਕਟ ਨਾਸ਼ਕ ਸ਼ਾਸਤਰ। ਕੰਕਟ ਕਹਿੰਦੇ ਕੰਡਿਆਂ ਨੂੰ ਜਾਂ ਇੰਨਾ ਪੱਥਰ ਰੋਡ ਲਾ ਲਓ। ਉਹਨੇ ਤੇ ਆਪਣਾ ਜਵਾਬ ਦਿੱਤਾ ਕਿ ਇਹ ਕੰਡੇ ਕੁੰਡੇ ਫੇਣ ਵਾਲਾ ਸ਼ਾਸਤਰ ਹੈ। ਹੁਣ ਉਸ ਪੰਡਿਤ ਨੇ ਇਹਦਾ ਨਾਮ ਨਹੀਂ ਸੀ ਸ਼ਾਸਤਰ ਦਾ ਕਿਤੇ ਸੁਣਿਆ। ਉਹਨੇ ਸੋਚਿਆ ਮੈਂ 6 ਸ਼ਾਸਤਰ ਪੜ੍ਹਿਆ, ਸਾਰੀਆਂ ਅਨੁਸ਼ਠਾ ਪੜ੍ਹੀਆਂ ਹੋਈਆਂ ਨੇ, ਮੈਂ ਵੇਦ ਪੜ੍ਹੇ ਹੋਏ ਆ, ਇਹ ਕਿਹੜਾ ਨਵਾਂ ਹੀ ਸ਼ਾਸਤਰ ਪੜ੍ਹ ਗਿਆ। ਸੋ ਉਹਨੇ ਆਪਣੀ ਬਹਿਸ ਦਾ ਪੈਂਦਰਾ ਬਦਲ ਲਿਆ। ਉਹ ਕਹਿੰਦਾ ਰਾਜਨ ਮੈਂ ਇਸ਼ਾਰੇ ਦੇ ਨਾਲ ਬਹਿਸ ਕਰਾਂਗਾ ਤੇ ਇਹਨੂੰ ਇਸ਼ਾਰੇ ਦੇ ਨਾਲ ਹੀ ਮੇਰੀ ਗੱਲ ਦਾ ਉੱਤਰ ਦੇਣਾ ਪਊ। ਰਾਜੇ ਨੇ ਕਿਹਾ ਠੀਕ ਹੈ, ਗੰਗਾ ਤੇਲੀ ਵੀ ਮੰਨ ਗਿਆ। ਉਹ ਕਹਿੰਦਾ ਕੋਈ ਨੀ, ਅੱਜ ਪੰਡਿਤ ਸੁਕਾ ਲਈ ਜਾਊਗਾ, ਜਿੱਦਾਂ ਮਰਜ਼ੀ ਬਹਿਸ ਕਰ ਲਈ, ਮੈਂ ਬੋਲ ਕੇ ਵੀ ਬਹਿਸ ਕਰਨ ਨੂੰ ਤਿਆਰ ਹਾਂ ਤੇ ਮੈਂ ਇਸ਼ਾਰੇ ਨਾਲ ਵੀ ਬਹਿਸ ਕਰਨ ਨੂੰ ਤਿਆਰ। ਉਸ ਪੰਡਿਤ ਨੇ ਗੰਗੇ ਤੇਲੀ ਦੇ ਸਾਹਮਣੇ ਇੱਕ ਉਂਗਲ ਖੜੀ ਕੀਤੀ ਤੇ ਗੰਗੇ ਤੇਲੀ ਨੇ ਅੱਗੋਂ ਉਸੇ ਵੇਲੇ ਫਟ ਕੀਤੀਆਂ ਦੋ ਉਂਗਲਾਂ ਖੜੀਆਂ ਕਰ ਦਿੱਤੀਆਂ। ਹੁਣ ਪੰਡਿਤ ਨੇ 5 ਉਂਗਲਾਂ ਖੜੀਆਂ ਕੀਤੀਆਂ ਤੇ ਗੰਗੇ ਤੇਲੀ ਨੇ ਮੁੱਠੀ ਵੱਟ ਕੇ ਨਾ ਤੇ ਹੱਥ ਹਵਾ ਚ ਹਿਲਾਇਆ। ਇਹਦੇ ਤੋਂ ਅੱਗੇ ਪੰਡਿਤ ਨੂੰ ਕੋਈ ਸਵਾਲ ਨਾ ਸੁਝਾ ਕਿ ਮੈਂ ਤਾਂ ਸੋਚ ਕੇ ਸਵਾਲ ਕਰਨਾ ਹੈ, ਇਹ ਬਿਨਾਂ ਸੋਚੇ ਬੜੀ ਛੇਤੀ ਉੱਤਰ ਦਈ ਜਾਂਦਾ। ਉਹਨੇ ਆਪਣੀ ਹਾਰ ਮੰਨਤਾ, ਜੈ ਜੈਕਾਰਾਂ ਹੋ ਗਈਆਂ ਗੰਗੇ ਤੇਲੀ ਦੀਆਂ। ਰਾਜੇ ਨੇ ਸੋਚਿਆ ਕਿ ਇਹ ਹੁਣ ਉੱਤਰ ਜਾਂ ਪੰਡਿਤ ਜਾਣਦਾ ਜਾਂ ਗੰਗਾ ਤੇਲੀ ਜਾਣਦਾ, ਮੈਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ ਨਾ, ਮੈਂ ਰਾਜਾ ਅਕਸਰ ਸਾਰਾ ਪ੍ਰਬੰਧ ਕੀਤਾ।
ਉਹਨੇ ਦੋਨੋਂ ਵੱਖ ਵੱਖ ਕਰਕੇ ਨਾ ਪੁੱਛਿਆ, ਪਹਿਲਾਂ ਪੰਡਿਤ ਨੂੰ ਪੁੱਛਿਆ ਕਿ ਤੂੰ ਸਵਾਲ ਕੀ ਕੀਤੇ ਸੀ। ਤਾਂ ਪੰਡਿਤ ਕਹਿੰਦਾ ਕਿ ਮੈਨੂੰ ਪਹਿਲਾ ਸਵਾਲ ਇੱਕ ਉਂਗਲ ਖੜੀ ਕਰਕੇ ਕੀਤਾ ਸੀ ਕਿ ਪਰਮਾਤਮਾ ਇੱਕ ਹੈ ਜਿਹਨੇ ਸਾਰੀ ਰਚਨਾ ਰਚੀ ਹੈ। ਉਹਨੇ ਜੋ ਜਵਾਬ ਦਿੱਤਾ ਜੋ ਮੈਂ ਸਮਝਿਆ ਉਹ ਇਹ ਸੀ ਕਿ ਪਰਮਾਤਮਾ ਨੇ ਪੈਦਾ ਕੀਤੀ ਪਰ ਦੂਸਰੀ ਉਹਨੇ ਮਾਇਆ ਪੈਦਾ ਕੀਤੀ ਹੈ। ਇਹ ਜਗਤ ਨੂੰ ਚਲਾਉਣ ਵਾਸਤੇ ਇੱਕ ਸ਼ਕਤੀ ਨਹੀਂ ਦੋ ਸ਼ਕਤੀਆਂ। ਦੂਸਰਾ ਮੈਂ ਸਵਾਲ ਕੀਤਾ ਪੰਜ ਉਂਗਲਾਂ ਖੜੀਆਂ ਕਰਕੇ ਕਿ ਪੰਜ ਤੱਤ ਪਰਮਾਤਮਾ ਨੇ ਪੈਦਾ ਕੀਤੇ। ਹੁਣ ਇਹਨੇ ਜਿਹੜਾ ਗਾਲੀ ਨੂੰ ਜਵਾਬ ਦਿੱਤਾ ਬਿਨਾਂ ਸੋਚੇ ਬਿਨਾਂ ਦੇਰ ਕੀਤੇ ਮੁੱਠੀ ਵੱਟ ਕੇ ਕਿ ਪੰਜੇ ਤੱਤ ਜਿਹੜੇ ਇਕੱਲੇ ਇਕੱਲੇ ਕੁਛ ਨਹੀਂ ਕਰ ਸਕਦੇ, ਜੇ ਸੰਯੁਕਤ ਹੋਣ ਇਕੱਠੇ ਹੋਣ ਫਿਰ ਹੀ ਕੁਛ ਕਰ ਸਕਦੇ। ਹੁਣ ਇਹ ਸੀ ਪੰਡਿਤ ਦੇ ਸਵਾਲ ਦਾ ਜਿਹੜਾ ਉਹਨੇ ਜਵਾਬ ਸਮਝਿਆ ਕਿ ਪੰਡਿਤ ਵਿਦਵਾਨ ਦਿਮਾਗ ਦੇ ਨਾਲ। ਹੁਣ ਉਹ ਗੰਗੇ ਦੇ ਵੀ ਗੰਗੇ ਦੇਵੀ ਨੂੰ ਵੀ ਬੁਲਾ ਲਿਆ ਰਾਜੇ ਨੇ ਵੱਖਰਾ। ਉਹ ਕਹਿੰਦਾ ਕਿ ਤੂੰ ਦੱਸ ਤੂੰ ਕੀ ਜਵਾਬ ਦਿੱਤੇ, ਇਹਨੇ ਕੀ ਸਵਾਲ ਕੀਤੇ, ਤੂੰ ਕੀ ਸਮਝਿਆ, ਇਹਨੇ ਕੀ ਜਵਾਬ ਦਿੱਤੇ। ਤਾਂ ਉਹ ਕਹਿੰਦਾ ਕਿ ਜਦੋਂ ਇਹਨੇ ਉਂਗਲ ਖੜੀ ਕੀਤੀ ਨਾ ਤਾਂ ਮੈਨੂੰ ਇਹ ਲੱਗਾ ਕਿ ਕਹਿੰਦਾ ਕਿ ਤੇਰੀ ਮੈਂ ਇੱਕ ਅੱਖ ਕਾਣੀ ਕਰ ਦੇਣੀ, ਤੇਰੀ ਇੱਕ ਅੱਖ ਭੰਨ ਦੇਣੀ, ਤੈਨੂੰ ਮੈਂ ਦੋ ਉਂਗਲਾਂ ਖੜੀ ਕਰਕੇ ਮੈਂ ਤੇਰੀਆਂ ਦੋਵੇਂ ਭੰਨ ਦੇਣੀ। ਕਹਿੰਦਾ ਫਿਰ ਇਹਨੇ ਨਾ ਮੈਨੂੰ ਚਪੇੜ ਵਗਾਈ ਕਿ ਮੈਂ ਤੇਰੇ ਮੂੰਹ ਦੀ ਚਪੇੜ ਮਾਰਨੀ ਹੈ। ਕਹਿੰਦਾ ਮੈਂ ਅਗੋਂ ਘਸੁੰਡ ਵਗਾਇਆ ਕਿ ਮੈਂ ਘਸੁੰਡ ਮਾਰ ਕੇ ਤੇਰੀ ਬੱਕੀ ਭੰਨ ਦੇਣੀ। ਕਹਿੰਦਾ ਇਹ ਪੰਡਿਤ ਵਿਦਵਤਾ ਤੋਂ ਨਹੀਂ, ਇਹ ਛਿੱਤਰ ਤੋਂ ਡਰਦਾ ਹਾਰ ਮੰਨ ਕੇ ਆਇਆ। ਗੱਲ ਹੁਣ ਆਪੋ ਆਪਣੀ ਸਮਝ ਲਈ। ਰਾਜਾ ਜਿੱਥੇ ਬਹੁਤ ਖੁਸ਼ ਹੋਇਆ ਉੱਥੇ ਉਹ ਮਾਲਕ ਦੇ ਰੰਗਾਂ ਤੇ ਹੈਰਾਨ ਵੀ ਹੋਇਆ ਕਿ ਵਾਹ ਮਾਲਕਾ, ਇਹ ਪੰਡਿਤ ਕਹਿੰਦਾ ਸੀ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ, ਪਰ ਤੂੰ ਕੈਸੇ ਕੌਤਕ ਕਰਦਾ ਆ, ਇੱਕ ਪੰਡਿਤ ਨੂੰ ਤੂੰ ਮੂਰਖ ਬਣਾ ਦਿੱਤਾ, ਇੱਕ ਪੰਡਿਤ ਵਿਦਵਾਨ ਤੇ ਸਾਰੇ ਵਿਦਵਾਨਾਂ ਦੀਆਂ ਨਜ਼ਰਾਂ ਵਿੱਚ, ਬਲਕਿ ਮੇਰੀਆਂ ਨਜ਼ਰਾਂ ਦੇ ਵਿੱਚ ਵੀ ਇੱਕ ਮੂਰਖ ਨੂੰ ਤੂੰ ਬਹੁਤ ਵੱਡਾ ਵਿਦਵਾਨ, ਬਹੁਤ ਵੱਡਾ ਪੰਡਿਤ ਬਣਾ ਦਿੱਤਾ। ਐਸੇ ਚੋਣ ਐਸੇ ਕੌਤਕ ਮਾਲਕ ਕਰਦਾ ਹੈ, ਸਾਡੇ ਨਾਲ ਖੁਦ ਵਾਪਰਦੇ ਆ ਪਰ ਅਸੀਂ ਕਈ ਵਾਰ ਉਹਨਾਂ ਨੂੰ ਮਹਿਸੂਸ ਨਹੀਂ ਕਰਦੇ। ਕਈ ਵਾਰ ਸਾਡੀ ਕੋਈ ਵੀ ਗੱਲ ਸਿਆਣਪ ਜਿਹੜੀ ਹੈ ਸਾਨੂੰ ਸਿਰੇ ਲੱਗਦੀ ਨਜ਼ਰ ਨਹੀਂ ਆਉਂਦੀ, ਮਾਲਕ ਕੋਈ ਐਸਾ ਕੰਮ ਕਰ ਦਿੰਦੇ ਆ, ਸਾਡੀ ਸੋਚ ਦੇ ਵਿਪਰੀਤ ਹੀ ਕੁਝ ਹੋ ਜਾਂਦਾ ਉਲਟ। ਤੇ ਕਈ ਵਾਰ ਅਸੀਂ ਕੁਛ ਸੋਚਿਆ ਵੀ ਨਹੀਂ ਹੁੰਦਾ ਉਹ ਵੀ ਮਾਲਕ ਕਰ। ਸੋ ਇਸ ਵਾਸਤੇ ਸਤਿਗੁਰੂ ਕਹਿੰਦੇ ਆ ਕਿ ਇਹ ਮਾਲਕ, ਕਬੀਰ ਜੀ ਕਹਿੰਦੇ ਆ ਕਿ ਖਲ ਮੂਰਖ ਤੇ ਪੰਡਿਤ ਕਰ ਗੋ, ਪੰਡਿਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੇ, ਪੁਰਖ ਤੇ ਜੋ ਨਾਰੀ। ਹੁਣ ਇਹਦੀਆਂ ਸਾਖੀਆਂ ਵੀ ਬਹੁਤ ਨੇ, ਪਰ ਆਪਾਂ ਇਹਨੂੰ ਇਸ ਤਰੀਕੇ ਨਾਲ ਸਮਝਣ ਦਾ ਯਤਨ ਕਰਦੇ ਹਾਂ ਕਿ ਵੇਖੋ ਕਈਆਂ ਇਸਤਰੀਆਂ ਦੇ ਕੋਲੋਂ ਮਾਲਕ ਮਰਦਾਂ ਵਾਲੇ ਕੰਮ ਕਰਾ ਦਿੰਦਾ ਤੇ ਕਈਆਂ ਮਰਦਾਂ ਦੇ ਕੋਲੋਂ ਇਸਤਰੀਆਂ ਵਾਲੇ ਕਰਾ ਦਿੰਦਾ। ਕਹਿਣ ਤੋਂ ਭਾਵ ਇਹਦਾ ਮਤਲਬ ਇਹ ਨਹੀਂ ਕਿ ਇਸਤਰੀ ਕਮਜ਼ੋਰ ਹੈ ਜਾਂ ਮਰਦ ਤਾਕਤਵਰ ਹੈ। ਇੱਕ ਸਮਝਾਉਣ ਮਾਤਰ ਉਦਾਹਰਣ ਹੈ ਕਿ ਜਿਹੜਾ ਮਰਦ ਹੈ ਇਹਨੂੰ ਸ਼ਕਤੀ ਦਾ ਪ੍ਰਤੀਕ ਗਿਣਿਆ ਗਿਆ ਸਮਾਜ ਕਿ ਤਾਕਤ ਇਹਦੇ ਕੋਲ ਹੁੰਦੀ ਹੈ, ਪਰ ਕਈ ਵਾਰ ਮਰਦ ਵੀ ਗੀਂਦੀ ਹੋ ਜਾਂਦਾ, ਭਾਵ ਕਮਜ਼ੋਰੀ ਵਿਖਾ ਜਾਂਦਾ ਤੇ ਇਸਤਰੀਆਂ ਮਾਤਾ ਭਾਵ ਕੌਰ ਵਾਂਗੂ ਬੜੇ ਵੱਡੀ ਵਰਤੋਂ ਕਰ ਦਿੰਦੀ। ਦੂਸਰੀ ਉਦਾਹਰਣ ਕਿ ਮਾਲਕ ਤੂੰ ਕਿੱਡਾ ਅਸ਼ਚਰਜ ਹੈ, ਕਿੱਡਾ ਵੱਡਾ ਕਾਰੀਗਰ ਹੈ ਕਿ ਇੱਕ ਮਰਦ ਦੇ ਵਿੱਚੋਂ ਇਸਤਰੀ ਪੈਦਾ ਹੁੰਦੀ ਹੈ ਤੇ ਇੱਕ ਇਸਤਰੀ ਦੇ ਵਿੱਚੋਂ ਮਰਦ ਪੈਦਾ ਹੁੰਦਾ ਹੈ। ਕਿਉਂਕਿ ਜੋ ਬਾਲ ਜਨਮ ਲੈਂਦਾ
ਉਹ ਇਸਤਰੀ ਤੇ ਮਰਦ ਦੇ ਸੁਮੇਲ ਦੇ ਨਾਲ ਜਨਮ ਲੈਂਦਾ, ਮਾਤ ਪਿਤਾ ਬਿਨ ਬਾਲ ਨਾ ਹੋਏ ਤਾਂ ਕੈਸਾ ਕੌਤਕ ਹੈ ਕਿ ਇੱਕ ਮਰਦ ਹੈ, ਮਰਦ ਵਿੱਚੋਂ ਇਸਤਰੀ ਬੱਚੀ ਧੀ ਪੈਦਾ ਹੋ ਰਹੀ ਹੈ, ਇੱਕ ਇਸਤਰੀ ਹੈ ਉਹਦੇ ਵਿੱਚੋਂ ਮਰਦ ਪੈਦਾ ਹੋ ਰਿਹਾ ਹੈ, ਕਿ ਤੇਰੀ ਅਰਸ਼ਾ ਚ ਖੇਡ ਨਹੀਂ ਤਾਂ ਹੋਰ ਕੀ ਹੈ। ਕੋਈ ਵੀ ਕਿਸੇ ਚੀਜ਼ ਨੂੰ ਘੜਨ ਵਾਸਤੇ ਕੋਈ ਮਸ਼ੀਨ ਤਿਆਰ ਕੀਤੀ ਜਾਵੇ, ਕੋਈ ਸਾਂਚਾ ਤਿਆਰ ਕੀਤਾ ਜਾਵੇ, ਤਾਂ ਜਿਹਨੂੰ ਘੜਨ ਵਾਸਤੇ ਤਿਆਰ ਕੀਤਾ ਜਾਂਦਾ ਕੇਵਲ ਉਹੀ ਉਹਦੇ ਵਿੱਚੋਂ ਪੈਦਾ ਹੁੰਦੀ ਹੈ, ਦੂਸਰੀ ਚੀਜ਼ ਪੈਦਾ ਨਹੀਂ ਹੋ ਸਕਦੀ। ਪਰ ਮਾਲਕ ਮੈਂ ਕਿਉਂ ਨਾ ਤੇਰੇ ਤੋਂ ਬਲਹਾਰ ਜਾਵਾਂ, ਕਿਉਂ ਨਾ ਤੇਰੇ ਤੋਂ ਕੁਰਬਾਨ ਜਾਵਾਂ, ਤੂੰ ਨਾਰੀ ਦੇ ਵਿੱਚੋਂ ਪੁਰਖ ਨੂੰ ਪ੍ਰਗਟ ਕਰ ਰਿਹਾ ਤੇ ਪੁਰਖ ਦੇ ਵਿੱਚੋਂ ਨਾਰੀ ਨੂੰ ਪ੍ਰਗਟ ਕਰ ਰਿਹਾ ਹੈ। ਇਹਨੂੰ ਮਸਕੀਨ ਦੀ ਇੱਕ ਦੂਜੇ ਦੀ ਕਸ਼ਿਸ਼ ਦੇ ਰੂਪ ਵਿੱਚ ਵੀ ਬਿਆਨ ਕਰਦੇ ਹੁੰਦੇ ਆ, ਕਈ ਵਾਰ ਉਹ ਇਸ ਤਰੀਕੇ ਦੇ ਨਾਲ ਵੀ ਬਿਆਨ ਕਰਦੇ ਹੁੰਦੇ ਆ ਕਿ ਕਈ ਮਰਦ ਜੀਵਨ ਜਿਉਂਦਿਆਂ ਜਿਉਂਦਿਆਂ ਉਹਨਾਂ ਵਿੱਚ ਇਸਤਰੀਆਂ ਵਾਲੇ ਲੱਛਣ ਆ ਜਾਂਦੇ, ਤੇ ਕਈ ਇਸਤਰੀਆਂ ਜਿਹੜੀਆਂ ਮਰਦਾਂ ਵਾਲੇ ਕੰਮ ਕਰਨਾ ਲੋਚਦੀਆਂ ਆਪਣੇ ਜੀਵਨ ਦੇ ਵਿੱਚ, ਉਹਨਾਂ ਦੀ ਆਵਾਜ਼ ਭਾਗੀ ਹੋ ਜਾਂਦੀ, ਮਰਦਾਂ ਵਰਗੀ ਮਰਦਾਨੀ ਆਵਾਜ਼ ਹੋ ਜਾਂਦੀ ਹੈ। ਤੇ ਕਈ ਔਰਤਾਂ ਐਸੀਆਂ ਹੁੰਦੀਆਂ ਜਿਹਨਾਂ ਨੂੰ ਦਾੜੀ ਵੀ ਆ ਜਾਂਦੀ, ਦਾੜੀ ਮੁਸ਼ਾਂ। ਇਹਨੂੰ ਬੇਸ਼ੱਕ ਹਾਰਮੋਨਸ ਵਗੈਰਾ ਦੇ ਅਨਬੈਲੈਂਸ ਹੋਣਾ ਵੀ ਕਹਿ ਦਿੰਦੇ ਆ ਕਿ ਇਹਦੇ ਕਾਰਨ ਵਾਲ ਹੋ ਪਾਉਂਦੇ ਆ ਚਿਹਰੇ ਉੱਤੇ ਇਸਤਰੀ ਦੇ। ਵੈਸੇ ਇਸਤਰੀ ਨੂੰ ਇਸਤਰੀ ਦੇ ਮਰਦ ਨੂੰ ਮਰਦ ਬਣਾਇਆ ਬਾਹਰੀ ਦਿੱਖ ਦੇ ਤੌਰ ਦੇ ਉੱਤੇ ਵੀ ਮਾਲਕ ਨੇ, ਪਰ ਉਹ ਐਸੇ ਕੌਟਕ ਕਰ ਦਿੰਦਾ ਆ ਕਿ ਇਸਤਰੀ ਚੋਂ ਮਰਦ ਨੂੰ ਤੇ ਮਰਦ ਚੋਂ ਇਸਤਰੀ ਨੂੰ ਕਰ ਦਿੰਦਾ। ਕੋਈ ਐਸਾ ਨਹੀਂ ਕਰ ਸਕਦਾ, ਕੋਈ ਐਸਾ ਕਾਰੀਗਰ, ਕੋਈ ਮੁਸਵਰਾ ਹੈ ਨਹੀਂ ਜੋ ਐਸੀ ਕਰਾਮਾਤ ਕਰ ਸਕੇ। ਇਸ ਕਰਕੇ ਤੇਰੇ ਤੋਂ ਕੁਰਬਾਨ ਹਾਂ, ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਣ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ। ਕਬੀਰ ਜੀ ਕਹਿ ਰਿਹਾ ਕਿ ਹੇ ਮਾਲਕ, ਤੁਸੀਂ ਆਪਣੇ ਪਿਆਰਿਆਂ ਦੇ ਪਿਆਰੇ ਹੋ, ਹੈ ਤੁਸੀਂ ਬਹੁਤ ਵੱਡੇ, ਤੁਹਾਡੇ ਜੋਸ਼ ਬਹੁਤ ਬਿਆਨਕ ਤੇ ਬੜੇ ਹੈਰਾਨ ਕਰ ਦੇਣ ਵਾਲੇ, ਪਰ ਤੁਸੀਂ ਆਪਣੇ ਪਿਆਰਿਆਂ ਦੇ ਪਿਆਰੇ ਹੋ, ਆਪਣੇ ਸੰਤ ਜਨਾਂ ਦੇ ਪ੍ਰੀਤਮ ਹੋ। ਕਹੋ ਕਬੀਰ ਸਾਧੂ ਕੋ ਪ੍ਰੀਤਮ, ਤਿਸ ਮੂਰਤ ਬਲਿਹਾਰੀ। ਮੈਂ ਤੁਹਾਡੀ ਇਸ ਮੂਰਤ ਤੋਂ ਬਲਿਹਾਰ ਜਾਂਦਾ, ਕੁਰਬਾਨ ਜਾਂਦਾ ਕਿ ਤੁਸੀਂ ਐਸੇ ਹੋ ਜਿਨ੍ਹਾਂ ਨੂੰ ਕੋਈ ਜੇ ਕੋਈ ਅੰਤ ਪਾਉਣਾ ਚਾਹੇ ਤਾਂ ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜੇ ਕੋਈ ਤੁਹਾਡੇ 'ਚ ਅਭੇਦ ਹੋਣਾ ਚਾਹੇ ਤਾਂ ਉਹ ਅਭੇਦ ਹੋ ਕੇ ਤੁਹਾਡੇ ਆਨੰਦ ਨੂੰ, ਮਿਲਾਪ ਦੇ ਆਨੰਦ ਨੂੰ ਪ੍ਰਾਪਤ ਕਰ ਸਕਦਾ, ਤੁਸੀਂ ਐਸੇ ਹੋ। ਇਹ ਅੱਜ ਦੇ ਪਾਵਨ ਪਵਿੱਤਰ ਵਿਚਾਰ ਜੋ ਆਪਾਂ ਸੰਖੇਪ ਵਿੱਚ ਸਮਝਣ ਦਾ ਯਤਨ ਕੀਤਾ ਹੈ, ਕਿਉਂਕਿ ਜੇ ਪਹਿਲਾਂ ਵੀ ਅਰਜ਼ ਕੀਤਾ ਕਿ ਹਰ ਬੰਦੇ ਦੀਆਂ ਬਹੁਤ ਵਿਅੰਗ ਸਾਰੀਆਂ ਬੜਾ ਲੰਮਾ ਵਿਸਤਾਰ ਕੀ ਸ਼ਬਦਾਂ ਹੋ ਸਕਦਾ, ਪਰ ਸਮੇਂ 'ਚ ਰਹਿ ਕੇ ਕੋਈ ਦੋ ਚਾਰ ਪੰਜ ਮਿੰਟ ਦਾ ਵਾਧਾ ਘੱਟਾ ਹੋਇਆ ਵਿਚਾਰ ਕਰਨ ਦਾ ਯਤਨ ਕੀਤਾ ਜਿਵੇਂ ਗੁਰੂ ਸਾਹਿਬ ਨੇ ਕਰਵਾਈ ਹੈ। ਸੋ ਸਤਿਗੁਰੂ ਪਾਤਸ਼ਾਹ ਰਹਿਮਤ ਕਰਨਾ ਉਹ ਗੁਰੂ ਸਵਾਰਿਓ, ਅੱਜ ਇਹ ਸੰਚਾਰ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਵੀ ਸਮਾਪਤੀ ਕਰੀਏ। ਕਬੀਰ ਜੀ ਬਖਸ਼ਿਸ਼ ਕਰਦੇ ਨੇ, ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਣ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ, ਤਿਸ ਮੂਰਤ ਬਲਿਹਾਰੀ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕ ਤਰ੍ਹਾਂ ਦੀ